ਵਾਰ ਫਿਰ ਸਵਾਗਤ। ਸੋ ਦੋਸਤੋ, ਬੇਲਾ ਇਸ ਵਕਤ ਖਬਰਸਾਰ ਦਾ ਤੇ ਖਬਰਸਾਰ ਦੀ ਸਾਂਝ ਪਾਉਣ ਦੇ ਵਾਸਤੇ ਪਰਮਜੀਤ ਸਿੰਘ ਬਾੜ ਸਾਹਿਬ ਦੇ ਨਾਲ ਆਪਾਂ ਲਾਈਨ ਮਿਲਾ ਚੁੱਕੇ ਹਾਂ। ਇਨ੍ਹਾਂ ਦਾ ਸਵਾਗਤ ਕਰੀਏ ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਉਨ੍ਹਾਂ ਸੱਜਣਾਂ ਦੇ ਬਾਰੇ ਜਿਹੜੇ ਸਾਨੂੰ ਸਾਥ ਸਹਿਯੋਗ ਦਿੰਦੇ ਆ। ਜਸਵਿੰਦਰ ਸਿੰਘ ਮਿਸੀਸਿਪੀ ਤੇ ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਨਿਵਾਸੀ ਸਾਡੇ ਇਸ ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਸਪਾਂਸਰ ਨੇ। ਸੋ ਸਾਡੇ ਵੱਲੋਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਤੇ ਧੰਨਵਾਦ ਬਾੜ ਸਾਹਿਬ ਤੁਹਾਡਾ ਵੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਮਿਹਰਬਾਨੀ ਸੁਖਨੈਬ ਜੀ। ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ ਜੀ। ਤੇ ਬਾੜ ਸਾਹਿਬ, ਖਬਰਸਾਰ ਦੀ ਗੱਲ ਕਰੀਏ ਤਾਂ ਜੀ ਬਹੁਤ ਸਾਰੀਆਂ ਖਬਰਾਂ ਆਪਣੇ ਕੋਲ ਹਮੇਸ਼ਾ ਹੀ ਹੁੰਦੀਆਂ, ਪਰ ਆਹ ਖਬਰ ਬੜੀ ਹੈਰਾਨ ਕਰਨ ਵਾਲੀ ਹੈ ਕਿ ਖਾਲੀ ਖਜ਼ਾਨੇ ਕਰਕੇ ਹਜ਼ਾਰਾਂ ਸਰਕਾਰੀ ਕਰਮਚਾਰੀ ਹੈ ਜਿਹੜੇ ਵਿੱਤੀ ਸੰਕਟ ਦੇ ਵਿੱਚ ਘਿਰ ਗਏ। ਚਾਰ ਚਾਰ ਮਹੀਨੇ ਹੋ ਗਏ ਜੀ, ਹੁਣ ਉਨ੍ਹਾਂ ਨੂੰ ਸੌਦੇ ਪੱਤੇ ਵਾਲੇ ਘੇਰੀ ਜਾਂਦੇ, ਭਾਈ ਕਦੋਂ ਦੇਵੋਗੇ ਮਾਸਟਰ ਜੀ ਪੈਸੇ। ਸੁਖਨੈਬ ਜੀ, ਬੜੀ ਅਜੀਬ ਸਥਿਤੀ ਹੈ ਕਿ ਸਾਡੀ ਸਰਕਾਰ ਦੇ ਵਿੱਚ ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਉਨ੍ਹਾਂ ਦੇ ਕੋਲ ਚੰਡੀਗੜ੍ਹ ਦੇ ਵਿੱਚ ਸਰਕਾਰੀ ਘਰ ਹੈ ਜੀ। ਉਨ੍ਹਾਂ ਤੋਂ ਥੋੜੀ ਦੂਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲ ਵੀ ਸਰਕਾਰੀ ਘਰ ਹੋਣਾ, ਕਿਉਂਕਿ MLA ਤੋਂ ਵੀ ਹੈਗੇ ਨੇ ਜੀ। ਤੇ ਇੱਕ ਸਰਕਾਰੀ ਘਰ ਵਾਲਾ ਬੰਦਾ ਕਹਿੰਦਾ ਕਿ ਖਜ਼ਾਨਾ ਖਾਲੀ ਹੈ, ਤੇ ਦੂਸਰੇ ਘਰ ਵਾਲਾ ਕਹਿੰਦਾ ਕਿ ਮੈਨੂੰ 2 ਹਫ਼ਤਿਆਂ ਦੇ ਲਈ ਸਰਕਾਰ ਚਲਾਉਣ ਨੂੰ ਦੇ ਦਿਓ ਤੇ ਮੈਂ ਖਜ਼ਾਨਾ ਭਰ ਦੂੰ। ਹੁਣ ਕਪਤਾਨ ਸਾਹਿਬ ਨੂੰ ਚਾਹੀਦਾ ਕਿ ਭਾਈ ਮਾੜਾ ਮੋਟਾ ਮਿੰਤ ਤਰਲਾ ਕਰਕੇ, ਜੇ ਬਹੁਤਾ ਨਹੀਂ ਤਾਂ ਥੋੜਾ ਜਿਹਾ ਗੁਰ ਉਹਨਾਂ ਦੇ ਕੋਲੋਂ ਲੈ ਲੈਣ ਕਿ ਭਾਈ ਸਾਡਾ ਪੂਰਾ ਨਾਂ ਵੀ ਭਰੇ, ਸਾਨੂੰ ਮਾੜਾ ਮੋਟਾ ਦੱਸ ਦਿਓ, ਊਣਾ ਜਿਹਾ ਵੀ ਰਹਿ ਜਾਵੇ, ਕੋਈ ਗੱਲ ਨਹੀਂ ਕੰਮ ਚਲਾ ਲਾਂਗੇ ਜੀ। ਹੁਣ ਪੰਜਾਬ ਦੇ ਵਿੱਚ ਆਮ ਤੌਰ ਤੇ ਮੰਨਿਆ ਜਾਂਦਾ ਹੁੰਦਾ ਕਿ ਜਦੋਂ ਫਾਈਨੈਂਸ਼ੀਅਲ ਈਅਰ ਦਾ ਐਂਡ ਹੈ, ਜਦੋਂ ਵਿੱਤੀ ਵਰੇ ਦਾ ਅੰਤ ਆਉਂਦਾ ਫਰਵਰੀ ਮਾਰਚ ਮਹੀਨਾ, ਉਦੋਂ ਤਨਖਾਹਾਂ ਅੜ ਜਾਂਦੀਆਂ ਆਮ ਤੌਰ ਤੇ, ਕਿਉਂਕਿ ਬਹੁਤੇ ਪੈਸੇ ਸਾਲ ਦੇ ਖਰਚ ਲਏ ਹੁੰਦੇ ਆ, ਥੋੜੇ ਰਹਿ ਜਾਂਦੇ ਆ, ਕ੍ਰੈਡਿਟ ਲਿਮਿਟ ਵੀ ਉਦੋਂ ਪਾਸ ਹੋ ਜਾਂਦੀ ਹੈ। ਅਪ੍ਰੈਲ ਦੇ ਵਿੱਚ ਆ ਕੇ ਸਾਰੇ ਜਿਹੜੇ ਨੇ ਆਰਥਿਕ ਤੌਰ ਦੇ ਉੱਤੇ ਤੰਗੀਆਂ ਵਾਲੇ ਦਿਨ ਉਹ ਕੱਟੇ ਜਾਂਦੇ ਆ, ਪਰ ਐਤਕੀ ਤਾਂ ਅਪ੍ਰੈਲ ਮਹੀਨੇ ਦੇ ਵੀ 17 ਦਿਨ ਨਿਕਲ ਗਏ, ਅਜੇ ਤੱਕ ਵੀ ਊਠਦਾ ਲਟਕਦਾ ਵਿੱਤੀ ਬੁੱਲ ਜਿਹੜਾ ਉਹ ਡਿੱਗਿਆ ਨਹੀਂ। ਹੁਣ ਜਿਹਨਾਂ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਤੋਂ ਵੀ ਪੰਜਾਬ ਦੀ ਸਰਕਾਰ ਜਿਹੜੀ ਹੈ ਹੱਥ ਘੁੱਟੀ ਬੈਠੀ ਹੈ ਕਿ ਭਾਈ ਸਾਡੇ ਕੋਲ ਤਾਂ ਪੈਸਾ ਧੇਲਾ ਨਹੀਂ, ਉਹਨਾਂ ਦੇ ਵਿੱਚੋਂ ਬਹੁਤੇ ਅਧਿਆਪਕ ਨੇ, ਤੇ ਸੁਖਨੈਬ ਜੀ ਜਦੋਂ ਕਿਸੇ ਅਧਿਆਪਕ ਨੂੰ ਤਨਖਾਹ ਨਹੀਂ ਮਿਲਦੀ ਜੀ, ਅਧਿਆਪਕ ਦੀ ਜੇਬ ਦੇ ਵਿੱਚ ਜੇ ਸਕੂਲ ਆਉਂਦੇ ਸਮੇਂ ਘਰ ਦੇ ਇੱਕ ਲਿਸਟ ਪਾ ਦੇਣ ਕਿ ਭਾਈ ਪਾਈਆ ਚਾਹ ਪੱਤੀ, ਕਿਲੋ ਖੰਡ, ਕੱਪੜੇ ਧੋਣ ਵਾਲਾ ਸਾਬਣ, ਨਿਆਣਿਆਂ ਦੀਆਂ 4 ਕਾਪੀਆਂ, 3 ਪੈਨ, ਇਹ ਸਾਰਾ ਕੁਝ ਲੈ ਕੇ ਆਉਣਾ, ਤੇ ਵਿੱਚ ਵਿਚਾਲੇ ਕਿਤੇ ਨਾ ਕਿਤੇ ਆਟੇ ਦਾ ਵੀ ਹਿਸਾਬ ਕਿਤਾਬ ਜਿਹਾ ਲਿਖਿਆ ਹੋਵੇ ਕਿ ਭਾਈ ਜੇ ਤਾਂ ਆਟਾ ਬਾਜ਼ਾਰੋਂ ਲੈ ਕੇ ਆਉਣਾ, ਬਾਜ਼ਾਰੋਂ ਲੈ ਆਓ, ਜੇ ਕਣਕ ਭਿਆਉਣੀ ਆ ਤਾਂ ਫਿਰ ਇੰਨੀ ਕੁ ਭਿਆਈ ਲੱਗਦੀ ਆ, ਘਰ ਪੈਸੇ ਦੇ ਕੇ ਜਾਇਓ। ਹੁਣ ਉਹ ਜਿਹੜਾ ਅਧਿਆਪਕ ਹੋਏਗਾ, 4 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ, ਜਮਾਤ ਦੇ ਵਿੱਚ ਬੈਠ ਕੇ ਆਪਣੀਆਂ ਗਿਣਤੀਆਂ ਮਿਣਤੀਆਂ ਕਰੂਗਾ ਕਿ ਜਰਮਾਂ ਤਕਸੀਮਾਂ ਆਪਣੇ ਵਿਦਿਆਰਥੀਆਂ ਨੂੰ ਸਿਖਾਊ। ਜਾਂ ਤਾਂ ਸਰਕਾਰ ਸਾਡੀ ਇਹ ਸਮਝਦੀ ਹੈ ਕਿ 4 ਤੋਂ 8 ਮਹੀਨੇ ਹੋ ਗਏ ਅਸੀਂ ਤਨਖਾਹ ਨਹੀਂ ਦਿੱਤੀ, ਕਿ ਭਾਈ ਇਹਨਾਂ ਦਾ ਡੰਗ ਉਹਦੀ ਟੱਪ ਜਾਣਾ, ਹਵਾ ਖਾ ਕੇ ਗੱਲਾਂ ਕਰ ਲੈਂਦੇ ਆ ਤਾਂ ਗੱਲ ਵੱਖਰੀ ਹੈ। ਤੇ ਜਾਂ ਫਿਰ ਇੱਕ ਸੁਝਾਅ ਸੁਖਨੈਬ ਜੀ ਹੋਰ ਦੇ ਦੇਣਾ ਚਾਹੀਦਾ ਕਿ ਸਾਰੇ ਅਧਿਆਪਕਾਂ ਨੂੰ ਜੇ ਤੁਸੀਂ ਤਨਖਾਹਾਂ ਵੇਲੇ ਸਿਰ ਨਹੀਂ ਦੇਣੀਆਂ ਤਾਂ ਆਟਾ ਦਾਲ ਸਕੀਮ ਦੇ ਵਿੱਚ ਇਹਨਾਂ ਨੂੰ ਵੀ ਸ਼ਾਮਲ ਕਰ ਲਓ, ਕਿ ਜਦੋਂ ਤੱਕ ਤਨਖਾਹਾਂ ਨਹੀਂ ਤੁਸੀਂ ਦੇ ਸਕਦੇ, ਘੱਟੋ ਘੱਟ ਅਗਲਿਆਂ ਦੇ ਘਰ ਦਾ ਰੋਟੀ ਪਾਣੀ ਤਾਂ ਚੱਲੇ। ਹੁਣ ਹਾਲਾਤ ਕੀ ਨੇ, ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ 41 ਅਧਿਆਪਕ ਉਰਦੂ ਪੜ੍ਹਾਉਂਦੇ ਨੇ ਜੀ। ਭਾਈ ਇਸ ਭਾਸ਼ਾ ਨੂੰ ਪੰਜਾਬ ਦੇ ਵਿੱਚ ਜਿਉਂਦੀ ਰੱਖਣਾ, 8-8 ਮਹੀਨੇ ਹੋ ਗਏ ਉਰਦੂ ਪੜ੍ਹਾਉਣ ਵਾਲੇ ਜਿਹੜੇ ਪੰਜਾਬ ਦੇ ਅਧਿਆਪਕ ਨੇ, 41 ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਤਕਰੀਬਨ SSA ਤੇ ਰਮਸਾ ਦੇ ਵਿੱਚ ਜਿਹੜੇ ਕੰਮ ਕਰਦੇ 10,661 ਅਧਿਆਪਕ ਨੇ, ਉਹਨਾਂ ਨੂੰ 4-4 ਮਹੀਨੇ ਹੋ ਗਏ ਜੇ ਤਨਖਾਹ ਨਹੀਂ ਮਿਲੀ। ਇਹਦੇ ਤੋਂ ਇਲਾਵਾ 422 ਅਧਿਆਪਕ ਐਸੇ ਨੇ ਜਿਹੜੇ IERT ਵਰਗ ਦੇ ਨਾਲ ਸੰਬੰਧ ਰੱਖਦੇ ਆ, ਉਹਨਾਂ ਨੂੰ ਵੀ 4 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਤਨਖਾਹ ਨਹੀਂ ਮਿਲੀ। ਕਹਿਣ ਦਾ ਭਾਵ ਹੈ ਕਿ 2017 ਦੀ ਤਨਖਾਹ ਮਿਲੀ ਹੈ, ਹੁਣ 2018 ਦੇ ਵਿੱਚ ਅਜੇ ਉਹ ਸੁੱਚੇ ਮੂੰਹ ਹੀ ਨੇ। ਸਾਡੀਆਂ ਸਰਕਾਰਾਂ ਨੇ ਉਧਰਲੇ ਪਾਸੇ ਧਿਆਨ ਹੀ ਨਹੀਂ ਦਿੱਤਾ ਕਿ ਭਾਈ ਇਹਨਾਂ ਦੇ ਘਰ ਦੇ ਵਿੱਚ ਵੀ ਕੋਈ ਜੀ ਵੱਸਦਾ, ਇਹਨਾਂ ਨੇ ਵੀ ਕਿਤੇ ਨਾ ਕਿਤੇ ਕੋਈ ਇੰਸ਼ੋਰੈਂਸ ਦੀ ਪਾਲਿਸੀ ਲਈ ਹੋਏਗੀ, ਇਹਨਾਂ ਨੇ ਵੀ ਕਿਤੇ ਨਾ ਕਿਤੇ ਕੋਈ ਹਾਊਸਿੰਗ ਲੋਨ ਦੀ ਪਾਲਿਸੀ ਕਰਾਈ ਹੋਣੀ ਹੈ, ਕਿਸ਼ਤਾਂ ਕੁਸ਼ਤਾਂ ਇਹਨਾਂ ਨੇ ਵੀ ਦੇਣੀਆਂ। ਚਲੋ ਮਨਪ੍ਰੀਤ ਸਿੰਘ ਬਾਦਲ ਜਿਹੜੋ ਘਿੱਗੀ ਜੀ ਬੰਨ ਕੇ ਕਹਿੰਦੇ ਆ, ਭਾਵੁਕ ਜਿਹਾ ਹੋ ਕੇ ਕਹਿੰਦੇ ਆ ਕਿ ਭਾਈ ਪਿਛਲੀ ਸਰਕਾਰ ਨੇ ਖਜ਼ਾਨੇ ਦੇ ਪੱਲੇ ਕੱਖ ਨਹੀਂ ਛੱਡਿਆ, ਤਾਂ ਸਾਨੂੰ ਉਹਨਾਂ ਦੀ ਗੱਲ ਸਮਝ ਆਉਂਦੀ ਹੈ ਕਿ ਭਾਈ ਸੱਚੀ ਮੁੱਚੀ ਜਦੋਂ ਪਿਛਲੀ ਸਰਕਾਰ ਨੇ ਬਹੁਤੀਆਂ ਚੀਜ਼ਾਂ ਗਹਿਣੇ ਧਰ ਧਰ ਕੇ ਸੰਗਤ ਦਰਸ਼ਨ ਦੇ ਵਿੱਚ ਪੈਸੇ ਵੰਡੇ ਸੀ, ਤੇ ਇਹਦਾ ਮਤਲਬ ਹੈ ਕਿ ਵਿਰਾਸਤ ਦੇ ਵਿੱਚ ਕਪਤਾਨ ਸਾਹਿਬ ਦੀ ਸਰਕਾਰ ਨੂੰ ਖਜ਼ਾਨਾ ਖਾਲੀ ਮਿਲਿਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੈਪਟਨ ਸਾਹਿਬ ਦੀ ਸਰਕਾਰ ਜਦੋਂ ਬਣੀ ਹੈ, ਉਹਨਾਂ ਨੂੰ ਵਿੱਤੀ ਤੌਰ ਦੇ ਉੱਤੇ ਸੂਬਾ ਸੰਕਟ ਦਾ ਸ਼ਿਕਾਰ ਬਣਿਆ ਮਿਲਿਆ।
21,000 करोड़ रुपये की जी कैश क्रैडिट लिमिट सी उन्हूं लंबे समय के कर्जे के रूप में तब्दील करके इन्हां दे सिर मढ़ दिता। पर जे आपां कहीए कि सारे का सारा कसूर जिहड़ा बादल साहब की सरकार का मौजूदा सरकार का है ही नहीं तो यह भी गल मन्नण दे विच नहीं आउंदी। भावें इन्हां दा 10-8 फीसदी क्यों ना हो 90-92 फीसदी उन्हां दा होवे पर हैगा इन्हां दा भी है जी। क्योंकि एक गल सुखनैब जी बड़ी मोटी जी है इतने कोई न्याण वाली गोलक नहीं हैगी जिहदे विचों भन्न के पैसे खर्च लेने हैं। इतने तो सरकार ने रेवन्यू आमदन जनरेट करनी है उसके हिसाब के अपने खर्चियां मेनटेन करना है। सरकार दे कोल पैसे आने भी है तो सरकार दे कोल जाने भी है जी। तो जे असी लोगों नूं कहांगे कि भाई कणक ते दाल भी तुहानूं देनी है ते नाल आपां देसी घिओ भी देना है ते इधरले पासिओं खंड ते पत्ती भी देनी है तो फिर तो भाई भावें अमरीका के सारे पैसे लिया के पंजाब सरकार के खजाने दे विच जमा कर दे एक ना एक दिन वह भी असी मुका लैणे आ। जे असी सारा कुछ मुफ्त दे ही जाणा उहदे हिसाब दे नाल तो सरकार जिहड़ी मर्जी पार्टी दी आ जाए। सारिया पार्टिया ने मैनीफेस्टो दे विच कहा सी कि भाई असी आ भी मुफ्त ते असी वह भी मुफ्त उस हिसाब के ना पंजाब का कख नहीं ना बनना। इहदे तों इलावा ठीक है कि अज 21,000 अध्यापक ते होर जिहड़े सरकारी कर्मचारी ने 4,004 तो लैके 8 महीनों तक तनखाह तो वांझे ने पर जे आपां सरकार की यह गल मनीए कि भाई पिछला सवा साल इन्होंने आर्थिक तौर पर घुड़की दे विच होके निकलिया होना है पर यह नहीं समझ आती कि जो दो दिन का एक दौरा कप्तान साहब गुरदासपुर लोग सभा हल्के की जिमनी चोण तो पहला अगस्त महीने के करके आए थे उदो सैकड़े करोड़ रुपये दिया पठानकोट के गुरदासपुर ग्रांटा देने के लिए खजाने पैसे कितों आ गए। ये तो बाद चार वड्डे शहर अमृतसर जलंधर लुधियाना पटियाला इन्हां चारां शहरों के निगम चोणा सी निगम चोणा तो पहला हर एक शहर के लिए सैकड़े करोड़ दिया ग्रांटा के गफे कप्तान साहब आप दे के गए वो पैसे कितों आ गए। चलो सारियां नूं आपां पिछे छड़ दिंदे आ शाहकोट विधानसभा हल्के दे विच अजीत सिंह कुहाड़ होरी जिंदगी जिहड़ी है जिन्नी कु जीउणी सी जी के चले गए उपर कुहाड़ साहब तो बाद शाहकोट विधानसभा हल्का खाली हो गया। सारी दुनिया नूं पता कि 6 महीनों के बाई इलैक्शन आनी है आ पिछले दिनी जदों नकोदर दे विच करजा माफी समागम होया पंजाब सरकार दा उहदे विच आ के शाहकोट विधानसभा हल्के दे लई सैकड़े करोड़ रुपये दीआं ग्रांटां कप्तान साहब आप वंड के गए ने भाई फिर वो पैसे कित्थों आ गए। हुणे हुणे मनप्रीत बादल साहब ने कहा कि असी बजट दे विच इन्ने करोड़ रुपया वखरा रख लिया क्योंकि पंजाब दे नौजवानों दे नाल असी वादा कीता सी कि भाई तुहानू मुफ्त स्मार्टफोन देने है फिर वह पैसे कित्थों आ गए। सो बहुत सारे सवाल जिहड़े खड़े हुंदे आ कि आखिरकार हर बार सरकारी मुलाजम ते सरकारी मुलाजमां दे विच्चों भी अध्यापकां नूं ही सब तो वड्डे शिकार क्यों बनाया जाता। अध्यापक तो इसे गल दे उत्ते तुहाडे नाल जद्दोजहद करी जांदे आ कि तुसीं सानू गैर विद्यक कम्मां दे विच बहुता ना फसाओ सानू बच्चे पढ़ा लैण दिओ। एक एक जमात दे लई एक एक अध्यापक नहीं पंजां-पंजां जमातां दे लई एक एक अध्यापक है उहनूं वी जे आपां तनखाह नहीं देंगे उहनूं गैर विद्यक कम्मां दे विच उलझाई रखांगे तां सुखनैब जी किवें उम्मीद कीती जा सकदी है कि पंजाब दे विच सिक्ख्या दा पद्धर जिहड़ा उपर नूं हो जू। हुण वेखदे आ कि आउण वाले समें दे विच बहुत सारे फील्ड ऐसे ने बहुत सारे खेत्र ऐसे ने जिथों पंजाब की सरकार रेवेन्यू जनरेट कर सकती है आमदन पैदा कर सकती है उधरले पासे माड़ा जिहा करारा हथ पंजाब की सरकार करती है कि नहीं या फिर इसे तरीके लल्ले भब्बे करके कि भाई पिछली सरकार खजाना खाली करके सिट गई सी अपना डंड सारना। बाकी मनप्रीत बादल दे उस दावे दे उत्ते भी गौर लगातार करना चाहिए कि भाई तीन बजट छड़ लो ते चौथा बजट जिहड़ा वह सरपलस होएगा वह वादे का की होएगा आने वाले समय ने दसना। साहब पहला खबर सी कि जिहड़ा श्री दरबार साहब कंपलैक्स है उत्थे प्लास्टिक दे लफाफे नहीं होणगे ते हुण समुचा अमृतसर शहर भी प्लास्टिक मुक्त करने की कोशिश हो रही है। सुखनैब जी एक चंगा संकेत है शुभ शगन इहनूं मन्निया जा सकता है कि कोई अधिकारी कोई डिपार्टमेंट इधरले पासे नूं तुरिया तां सही। हुण जदों महीना चलदा सी मार्च दा एक मीटिंग हुंदी है श्रोमणी गुरुद्वारा प्रबंधक कमेटी के मुख सकत्तर डॉक्टर रूप सिंह दी पंजाब प्रदूषण कंट्रोल बोर्ड के मुखी कान सिंह पन्नू दे नाल उस मीटिंग दे विच फैसला किया जाता है कि दरबार साहब के गलियारे के अंदर जिथे बहुत सारे प्लास्टिक के लिफाफे क्वंटलों बदी हर साल वरते जाते हैं खास तौर पर पिनी प्रसाद के लिए उस प्लास्टिक की आप वरतों बंद करनी है क्योंकि वह प्लास्टिक का लिफाफा गलदा नहीं मनुख दे लई खतरनाक धरती दे लई खतरनाक पशु पंछियों दे लई खतरनाक सेहत दे लई खतरनाक हर एक चीज दे लई खतरनाक। ते उदों फैसला यह किया गया सी कि मक्की अते आलू तो जिहड़ा एक विशेष किस्म का प्लास्टिक का लिफाफा बनता है वह श्रोमणी गुरुद्वारा प्रबंधक कमेटी हुण इत्थे जिहड़ा वरतेगी भावें थोड़ा जिहा महंगा है
ਪਰ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਉਹ ਲਿਫਾਫਾ ਬੜੀ ਆਸਾਨੀ ਦੇ ਨਾਲ ਗਲ ਜਾਂਦਾ ਤੇ ਉਹਦਾ ਨਾ ਮਨੁੱਖ ਦੀ ਸਿਹਤ ਦੇ ਉੱਤੇ ਮਾੜਾ ਅਸਰ, ਨਾ ਜਾਨਵਰ ਦੀ ਸਿਹਤ ਤੇ ਮਾੜਾ ਅਸਰ ਤੇ ਨਾ ਸਾਡੇ ਵਾਤਾਵਰਨ ਦੇ ਉੱਤੇ ਮਾੜਾ ਅਸਰ। ਚਲੋ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਸੀ ਕਿ 20 ਕੁਇੰਟਲ ਉਸ ਮੱਕੀ ਤੇ ਆਲੂ ਤੋਂ ਬਣੇ ਹੋਏ ਜਿਹੜੇ ਲਿਫਾਫੇ ਨੇ ਗਲਨਸ਼ੀਲ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ੁਰੂਆਤ ਕਰਨ ਦੇ ਲਈ ਅਸੀਂ ਲੈ ਕੇ ਦਿਆਂਗੇ ਤੇ ਉਹਨਾਂ ਨੇ ਲੈ ਕੇ ਦਿੱਤੇ ਵੀ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ। ਇਹ ਵੀ ਚੰਗੀ ਗੱਲ ਹੈ ਕਿ ਭਾਈ ਸ਼ੁਰੂਆਤ ਕਰਾਤੀ, ਨਹੀਂ ਤਾਂ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਕਿ ਭਾਈ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਇੰਨੇ ਪੈਸੇ ਕਾਹਨੂੰ ਖਰਚਣੇ ਆ। ਪਰ ਹੁਣ ਕਰਨ ਸਿੰਘ ਪੰਨੂ ਹੋਰਾਂ ਦੇ ਡਿਪਾਰਟਮੈਂਟ ਨੇ ਐਲਾਨ ਕਰ ਦਿੱਤਾ ਕਿ ਅਸੀਂ 15 ਮਈ ਤੋਂ ਸਾਰਾ ਅੰਮ੍ਰਿਤਸਰ ਸ਼ਹਿਰ ਜਿਹੜਾ ਇਹਨਾਂ ਖਤਰਨਾਕ ਕਿਸਮ ਦੇ ਪਲਾਸਟਿਕ ਦੇ ਲਿਫਾਫਿਆਂ ਤੋਂ ਵਾਂਝਾ ਕਰ ਦੇਣਾ। ਮੱਕੀ ਤੇ ਆਲੂ ਤੋਂ ਬਣਨ ਵਾਲੇ ਜਿਹੜੇ ਪਲਾਸਟਿਕ ਦੇ ਲਿਫਾਫੇ ਨੇ ਕੇਵਲ ਤੇ ਕੇਵਲ ਉਹਨਾਂ ਦੀ ਹੀ ਵਰਤੋਂ 15 ਮਈ ਤੋਂ ਹੋਏਗੀ। ਬਕਾਇਦਾ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਉਹਨਾਂ ਸਾਰੇ ਲੋਕਾਂ ਦੀ ਇੱਕ ਮੀਟਿੰਗ ਕੀਤੀ, ਜਿਹੜਾ ਵੀ ਕੋਈ ਪੁਰਾਣੇ ਲਿਫਾਫੇ ਦਾ ਡਿਸਟ੍ਰੀਬਿਊਟਰ ਹੈ, ਥੋਕ ਦਾ ਵਿਕਰੇਤਾ ਹੈ, ਪਲਾਸਟਿਕ ਦੇ ਲਿਫਾਫੇ ਵੇਚਣ ਵਾਲਾ ਜਾਂ ਬਣਾਉਣ ਵਾਲਾ, ਸਾਰਿਆਂ ਨੂੰ ਇਕੱਠੇ ਕਰ ਲਿਆ। ਸਾਰਿਆਂ ਨੂੰ ਕਹਿਤਾ ਕਿ ਮਹੀਨੇ ਦੇ ਵਿੱਚ ਵਿੱਚ ਜੇ ਕੋਈ ਸਟਾਕ ਹੈਗਾ ਖਤਮ ਕਰ ਲਓ, ਉਹਦੇ ਤੋਂ ਬਾਅਦ ਜੇ ਕੋਈ ਫੜਿਆ ਗਿਆ ਤਾਂ ਸਮਝ ਲਓ ਟੰਗਿਆ ਗਿਆ, ਸਜ਼ਾ ਕਾਨੂੰਨ ਦੇ ਮੁਤਾਬਕ ਐਨ ਧੁਰ ਤੱਕ ਹੋਏਗੀ, ਪੂਰੀ ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣਨੀ ਕਿ ਭਾਈ ਅਸੀਂ ਬਣਾਏ ਹੋਏ ਆ ਜਾਂ ਫਲਾਨਾ ਜਾਂ ਧਮਕਾਨਾ। ਇਹਦੇ ਨਾਲ ਨਾਲ ਇਹਦੀ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਭਾਰਤ ਦੀ ਕੇਂਦਰ ਸਰਕਾਰ 4 ਕੰਪਨੀਆਂ ਜਿਹੜੀਆਂ ਵਿਦੇਸ਼ੀ ਨੇ ਉਹਨਾਂ ਦੇ ਨਾਲ ਸਮਝੌਤਾ ਕਰ ਚੁੱਕੀ ਹੈ, ਉਹ 4 ਕੰਪਨੀਆਂ ਭਾਰਤ ਦੇ ਵਿੱਚ ਆ ਕੇ ਆਲੂ ਤੇ ਮੱਕੀ ਤੋਂ ਪਲਾਸਟਿਕ ਦੇ ਲਿਫਾਫੇ ਤਿਆਰ ਕਰਨਗੀਆਂ। ਪੰਜਾਬ ਦੇ ਵਿੱਚ ਗੁਰਾਇਆਂ ਦੇ ਨੇੜੇ ਇੱਕ ਪਲਾਂਟ ਲਾਇਆ ਜਾ ਰਿਹਾ ਜਿੱਥੇ ਆਲੂ ਤੇ ਮੱਕੀ ਤੋਂ ਲਿਫਾਫੇ ਤਿਆਰ ਕਰਨ ਵਾਲਾ ਜਿਹੜਾ ਰਾ ਮਟੀਰੀਅਲ ਤਿਆਰ ਕੀਤਾ ਜਾਣਾ, ਉਸ ਰਾ ਮਟੀਰੀਅਲ ਦੇ ਲਈ ਜੋ ਕੁਝ ਵੀ ਵਰਤਿਆ ਜਾਣਾ ਸਮਝੌਤਾ ਕੀਤਾ ਗਿਆ ਕਿ ਉਹ ਕੇਵਲ ਤੇ ਕੇਵਲ ਭਾਰਤ ਦੇ ਵਿੱਚੋਂ ਹੀ ਖਰੀਦਿਆ ਜਾਏਗਾ, ਉੱਥੋਂ ਰਾ ਮਟੀਰੀਅਲ ਬਣ ਕੇ ਗੁਰਾਇਆਂ ਤੋਂ ਇਹਨਾਂ 4 ਕੰਪਨੀਆਂ ਨੂੰ ਜਾਏਗਾ ਤੇ ਕੰਪਨੀਆਂ ਤੋਂ ਲਿਫਾਫੇ ਤਿਆਰ ਹੋ ਕੇ ਫਿਰ ਜਿਹੜੇ ਜਿਹੜੇ ਵੀ ਥਾਂ ਦੇ ਉੱਤੇ ਉਹਨਾਂ ਦੀ ਮੰਗ ਹੋਏਗੀ ਉੱਥੇ ਭੇਜੇ ਜਾਣਗੇ। ਹੁਣ ਸੁਖਨੈਬ ਜੀ, ਪਹਿਲੀ ਗੱਲ ਕਿ ਕੀ ਇਹ ਜਿਹੜੀਆਂ 4 ਕੰਪਨੀਆਂ ਨੇ ਉਹ ਚੰਗੇ ਤਰੀਕੇ ਦੇ ਨਾਲ ਉਹ ਲਿਫਾਫਾ ਬਣਾ ਸਕਣਗੀਆਂ ਜਿਹੜਾ ਲਿਫਾਫਾ ਸਾਨੂੰ ਚਾਹੀਦਾ ਤੇ ਜਿਹੜਾ ਵਾਤਾਵਰਣ ਦੇ ਨਾਲ ਜਿਹੜਾ ਸਮਤੋਲ ਰੱਖਦਾ ਹੋਵੇ। ਦੂਸਰੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਕਹਿਤਾ ਕਿ ਅਸੀਂ ਪਿੰਨੀ ਪ੍ਰਸਾਦ ਦੇ ਲਈ ਤਾਂ ਪੁਰਾਣਾ ਹੀ ਲਿਫਾਫਾ ਵਰਤਣਾ ਕਾਹਨੂੰ, ਜਦੋਂ ਪੁੱਛਿਆ ਗਿਆ ਕਹਿੰਦੇ ਜੀ ਜਿਹੜੀ ਸਾਡੀ ਮਸ਼ੀਨ ਹੈ ਨਾ ਪਿੰਨੀ ਪ੍ਰਸਾਦ ਪੈਕ ਕਰਨ ਵਾਲੀ, ਉਹਦੇ ਵਿੱਚ ਆਲੂ ਤੇ ਮੱਕੀ ਵਾਲਾ ਲਿਫਾਫਾ ਤੁਰਦਾ ਨਹੀਂ ਜੀ। ਠੀਕ ਗੱਲ ਹੈ, ਅਗਲਿਆਂ ਨੇ ਮਸ਼ੀਨ ਤੇ ਪੈਸੇ ਖਰਚੇ ਆ ਤੇ ਜੇ ਪੈਸੇ ਖਰਚੇ ਆ ਤਾਂ ਫਿਰ ਪੁਰਾਣਾ ਲਿਫਾਫਾ ਵਰਤੀ ਜਾਣ ਦਿਓ। ਪਰ ਇੱਥੇ ਛੋਟਾ ਜਿਹਾ ਇੱਕ ਨੁਕਤਾ ਇਹ ਵੀ ਸਾਂਝਾ ਕਰਨਾ ਬਣਦਾ ਕਿ ਜਦੋਂ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦੇ ਦਿੱਤੀ ਸੀ, ਉਹਦੇ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਖਿਲਾਫ਼ ਸੰਗਤ ਦੇ ਵਿੱਚ ਰੋਸਾ ਪ੍ਰਗਟ ਹੋਇਆ ਤੇ ਅਸੀਂ ਉਦੋਂ 80-90 ਲੱਖ ਰੁਪਈਏ ਦੇ ਸੰਗਤ ਦੇ ਚੜਾਵੇ ਦੇ ਵਿੱਚੋਂ ਇਸ਼ਤਿਹਾਰ ਦੇ ਸਕਦੇ ਹਾਂ ਅਖ਼ਬਾਰਾਂ ਦੇ ਵਿੱਚ ਕਿ ਭਾਈ ਤੁਸੀਂ ਜਥੇਦਾਰ ਸਾਹਿਬ ਦੀ ਗੱਲ ਮੰਨੋ ਸੰਗਤੋ, ਤਾਂ ਕੀ ਅੱਜ ਅਸੀਂ 20-25 ਲੱਖ ਦੀ ਇੱਕ ਮਸ਼ੀਨ ਨਹੀਂ ਔਰ ਖਰੀਦ ਸਕਦੇ ਜਿਹੜੀ ਮਸ਼ੀਨ ਦੇ ਨਾਲ ਜੀ ਆਲੂ ਤੇ ਮੱਕੀ ਦੇ ਜਿਹੜੇ ਉਹ ਬਣੇ ਹੋਏ ਲਿਫਾਫੇ ਹੈ ਉਹ ਵਰਤੇ ਜਾਣ, ਪਿੰਨੀ ਪ੍ਰਸਾਦ ਉਹਦੇ ਵਿੱਚ ਪੈਕ ਹੋਵੇ, ਅਸੀਂ ਪ੍ਰਸਾਦ ਕੱਢ ਕੇ ਵੰਡ ਲਈਏ, ਖਾ ਲਈਏ, ਛਕ ਲਈਏ ਤੇ ਉਹਦੇ ਤੋਂ ਬਾਅਦ ਉਹ ਜਿਹੜਾ ਲਿਫਾਫਾ ਜੇ ਕਿਤੇ ਸੁੱਟ ਵੀ ਜਾਈਏ ਤੇ 2-3 ਮਹੀਨਿਆਂ ਦੇ ਵਿੱਚ ਉਹ ਗਲ ਜਾਏ, ਉਹ ਸਾਡੇ ਲਈ ਨੁਕਸਾਨਦੇਹ ਨਾ ਹੋਵੇ। ਹੁਣ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਹਿਤਾ ਚੁੱਪ ਚਪੀਤੇ, ਕਹਿੰਦੇ ਜੀ ਅਸੀਂ ਪਿੰਨੀ ਪ੍ਰਸਾਦ ਤਾਂ ਪੁਰਾਣੇ ਲਿਫਾਫੇ 'ਚ ਹੀ ਪੈਕ ਕਰਦੇ ਹਾਂ, ਪ੍ਰਧਾਨ ਸਾਹਿਬ ਤੁਸੀਂ ਇੱਦਾਂ ਦਾ ਕੰਮ ਆਪ ਹੀ ਕਰ ਲਿਆ ਕਰੋ, ਕੋਈ ਗੱਲ ਨਹੀਂ, ਇੱਥੇ ਕਿਹੜਾ ਤਨਖਾਹੀਆਂ ਕਰਾਰ ਦੇ ਦੇਣ ਲੱਗਾ ਕੋਈ, ਤੇ ਜੇ ਦੇ ਵੀ ਦਿੱਤਾ ਕਿਹੜਾ ਨਵੀਂ ਗੱਲ ਹੈ। ਹੁਣ ਦੂਸਰੀ ਗੱਲ, ਇੱਥੋਂ ਵੀ ਮਸਲਾ ਖੜਾ ਹੋ ਗਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਸੀ ਕਿ ਤੁਹਾਨੂੰ 20 ਕੁਇੰਟਲ ਲਿਫਾਫੇ ਦਿਆਂਗੇ, ਉਹਨਾਂ ਨੇ 20 ਕੁਇੰਟਲ ਲਿਫਾਫੇ ਦੇਤੇ, ਪਰ ਦੂਸਰੇ ਪਾਸੇ ਬਾਕੀ ਦੇ ਲਿਫਾਫੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਜਿਹੜੇ ਹੈ ਉਹ ਮੰਗਾਉਣੇ ਸੀ। ਹੁਣ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਜੀ ਪੁਰਾਣੇ ਲਿਫਾਫੇ ਸਾਡੇ ਕੋਲ ਮੋਗਾ ਹੈ, ਨਵੇਂ ਲਿਫਾਫੇ ਅਜੇ ਤੱਕ ਪਹੁੰਚੇ ਨਹੀਂ, ਅਸੀਂ ਗੁਜਰਾਤ ਦੀ ਇੱਕ ਕੰਪਨੀ ਦੇ ਨਾਲ ਸਮਝੌਤਾ ਕੀਤਾ ਸੀ ਛੇਤੀ ਆ ਜਾਣਗੇ, ਪਰ ਜੇ ਪੁਰਾਣੇ ਜਿਹੜੇ ਲਿਫਾਫੇ ਸੀ 20 ਕੁਇੰਟਲ ਪਹਿਲਾਂ ਮੋਗਾ ਤਾਂ ਸਾਨੂੰ ਫਿਰ ਉਹੀ ਖਤਰਨਾਕ ਲਿਫਾਫਿਆਂ ਦੀ ਵਰਤੋਂ ਫੇਰ ਕਰਨੀ ਪਊ। ਸੁਖਨੈਬ ਜੀ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਜੇ ਤਰਜੀਹੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਨੂੰ, ਜੇ ਇਹ ਸਾਰੀਆਂ ਚੀਜ਼ਾਂ ਤਰਜੀਹੀ ਸੂਚੀ ਦੇ ਵਿੱਚ ਸ਼ਾਮਲ ਹੋਣ ਤਾਂ ਲਿਫਾਫੇ ਕਿੱਦਾਂ ਲੇਟ ਹੋ ਜਾਣ? ਜਦ ਉਹ ਲਿਫਾਫੇ ਭਾਰਤ 'ਚ ਬਣਦੇ ਹੈ ਬੜੀ ਆਸਾਨੀ ਦੇ ਨਾਲ ਉਪਲਬਧ ਹੈ ਤਾਂ ਤੁਸੀਂ ਵੇਲੇ ਸਿਰ ਪਾਈ ਉਹਦਾ ਆਰਡਰ ਦੇ ਦਿਓ। 1.5 ਮਹੀਨਾ ਹੋ ਗਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਾਲ ਤੁਹਾਡਾ ਸਮਝੌਤਾ ਹੋਇਆ ਨੂੰ, ਤੁਹਾਨੂੰ ਨਹੀਂ ਪਤਾ ਕਿ ਸਾਲ ਦੇ ਵਿੱਚ ਮਹੀਨੇ ਦੇ ਵਿੱਚ ਹਫ਼ਤੇ ਦੇ ਵਿੱਚ ਦਿਨ ਦੇ ਵਿੱਚ ਕਿੰਨੇ ਕੁ ਲਿਫਾਫੇ ਲੱਗਦੇ ਆ? ਤੁਸੀਂ ਐਵਰੇਜ ਕੱਢ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਲਿਫਾਫਿਆਂ ਦੇ ਨਾਲ ਦਿਨਾਂ ਦੀ ਗਿਣਤੀ ਕਰ ਲਓ ਕਿ ਇੰਨੇ ਦਿਨ ਉਹ ਚੱਲ ਜਾਣੇ, ਉਸ ਤੋਂ 2 ਦਿਨ ਪਹਿਲਾਂ ਤੁਸੀਂ ਆਪਣੇ ਲਿਫਾਫੇ ਮੰਗਵਾ ਕੇ ਰੱਖੋ। ਪਰ ਇਹ ਤਾਂ ਕੋਈ ਤਰਕ ਨਾ ਹੋਇਆ ਕਿ ਭਾਈ ਲਿਫਾਫੇ ਪਿੱਛੋਂ ਪਹੁੰਚੇ ਨਹੀਂ, ਨਵੇਂ ਲਿਫਾਫੇ ਮੁੱਕ ਚੱਲੇ, ਇਸ ਕਰਕੇ ਅਸੀਂ ਪੁਰਾਣੇ ਲਿਫਾਫਿਆਂ ਦੀ ਵਰਤੋਂ ਕਰ ਲੈਂਦੇ ਹਾਂ। ਦੂਸਰੇ ਪਾਸੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ 2016 ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਸਰਕਾਰ ਸੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ,
ਉਦੋਂ ਸਾਰੇ ਪੰਜਾਬ ਦੇ ਵਿੱਚ ਸੁਖਨਾਬ ਜੀ ਲਿਫਾਫੇ ਬੰਦ ਕਰਤੇ ਗਏ ਸੀ, ਪਾਬੰਦੀ ਜੀ, ਬੜਾ ਰੌਲਾ ਪਿਆ। ਤਕਰੀਬਨ 7-8 ਦਿਨ ਵੱਡੀ ਪੱਧਰ ਦੇ ਉੱਤੇ ਛਾਪੇਮਾਰੀ ਹੋਈ। ਆ ਜੀ ਕੋਈ ਰੇਹੜੀ ਵਾਲਾ ਜਿਹਨੇ 4 ਕਿਲੋ ਆਲੂ ਤੇ 2.5 ਕਿਲੋ ਗੋਭੀ ਤੇ 1.5 ਕਿਲੋ ਗੰਢੇ ਜਿਹੜੇ ਆਪਣੀ ਰੇਹੜੀ ਤੇ ਰੱਖੇ ਹੋਏ ਸੀ, ਉਹਦੇ ਕੋਲੋਂ 17 ਲਿਫਾਫੇ ਜਿਹੜੇ ਆ ਉਹ ਬਰਾਮਦ ਹੋਏ ਆ, ਉਹਦੇ ਕੋਲੋਂ 90 ਲਿਫਾਫੇ ਬਰਾਮਦ ਹੋਏ, ਚੱਲ ਚਲਾਨ ਕੱਟ ਗਿਆ ਉਹ ਮਰ। ਨੌਈ ਦਿਨੀ ਕਿਸੇ ਨੂੰ ਚੇਤਾ ਹੀ ਨੀ ਕਿ ਭਾਈ ਇਹ ਕੰਮ ਕਰ ਚੱਲਦਾ। ਲਿਫਾਫੇ ਬਣਾਉਣ ਵਾਲੇ ਨੇ ਮੂੰਹ ਬੰਦ ਕਰ ਦਿੱਤੇ, ਲਿਫਾਫੇ ਵੇਚਣ ਵਾਲੇ ਨੇ ਮੂੰਹ ਬੰਦ ਕਰ ਦਿੱਤੇ, ਥੋਕ ਵਾਲਿਆਂ ਨੇ ਕਰ ਦਿੱਤੇ, ਪ੍ਰਚੂਨ ਵਾਲਿਆਂ ਨੇ ਕਰ ਦਿੱਤੇ। ਅੱਜ ਤੱਕ ਇਸ ਗੱਲ ਦਾ ਧੂੰਆਂ ਨੀ ਦੁਬਾਰਾ ਨਿਕਲਿਆ ਕਿ ਭਾਈ ਜੇ ਕਾਨੂੰਨ ਬਣਾਇਆ ਸੀ, ਜੇ ਨਿਯਮ ਬਣਾਇਆ ਸੀ, ਅੱਜ ਤੱਕ ਲਾਗੂ ਕਿਉਂ ਨੀ ਹੋਇਆ? 2016 ਤੋਂ ਬਾਅਦ ਸਾਰਾ 17 ਲੰਘ ਗਿਆ, 18 ਦੇ 4 ਮਹੀਨੇ ਲੰਘ ਗਏ, ਉਹ ਕਾਨੂੰਨ ਕਿੱਥੇ ਹੈ? 1.25 ਸਾਲ ਤਾਂ ਕਪਤਾਨ ਸਾਹਿਬ ਦਾ ਵੀ ਲੰਘ ਗਿਆ, ਉਹਦੇ ਤੋਂ ਬਾਅਦ ਲਾਗੂ ਇਹਨਾਂ ਵੀ ਨੀ ਕੀਤਾ। ਚਲੋ ਹੁਣ ਕਾਹਨ ਸਿੰਘ ਪੰਨੂ ਵਰਗਾ ਜੇ ਆਫਿਸਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਿਲਿਆ ਤਾਂ ਉਮੀਦ ਕਰਨੀ ਚਾਹੀਦੀ ਹੈ ਕਿ ਦਰਬਾਰ ਸਾਹਿਬ ਦੇ ਗਲਿਆਰੇ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਜਿਹੜਾ ਕਿ ਗੁਰੂ ਕੀ ਨਗਰੀ ਹੈ, ਉਸ ਗੁਰੂ ਕੀ ਨਗਰੀ ਦੇ ਵਿੱਚ ਜੇ ਪਲਾਸਟਿਕ ਦੇ ਖਤਰਨਾਕ ਲਿਫਾਫਿਆਂ ਦੀ 15 ਮਈ ਤੋਂ ਵਰਤੋਂ ਬੰਦ ਹੋ ਗਈ ਤਾਂ ਸੁਖਨੈਬ ਜੀ ਇਹ ਸ਼ੁਭ ਸ਼ਗਨ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਜੇ ਅੰਮ੍ਰਿਤਸਰ ਦੇ ਵਿੱਚ ਤਜਰਬਾ ਸਫਲ ਰਿਹਾ ਤਾਂ ਕਾਹਨ ਸਿੰਘ ਪੰਨੂ ਹੋਰੀ ਸਾਰੇ ਪੰਜਾਬ ਨੂੰ ਕਲਾਬੇ ਦੇ ਵਿੱਚ ਲੈਣਗੇ ਤੇ ਮੈਨੂੰ ਇਹ ਵੀ ਲੱਗਦਾ ਕਿ ਇਹ ਵੀ ਉਹਨਾਂ ਦੇ ਆਪਣੇ ਜੀਵਨ ਦੀ ਸਭ ਤੋਂ ਵੱਡੀ ਜਿਹੜੀ ਪ੍ਰਸ਼ਾਸਨਿਕ ਤੌਰ ਦੇ ਉੱਤੇ ਪ੍ਰਾਪਤੀ ਵੀ ਹੋ ਸਕਦੀ ਹੈ ਜੀ। ਅੰਬਿਕਾ ਸੋਨੀ ਹੋਰਾਂ ਨੇ ਦਸਤਖਤ ਦਿੱਤੀ ਜੀ, ਕਿਹਦੇ ਬੂਹੇ ਤੇ ਦਿੱਤੀ ਹੋ? ਸੁਖਨੈਬ ਜੀ ਲੀਡਰਾਂ ਨੇ ਤਾਂ ਫਿਰ ਦਸਤਖਤ ਵੋਟਰਾਂ ਦੇ ਬੂਹੇ ਤੇ ਦੇਣੀ ਹੁੰਦੀ ਹੈ। ਪਹਿਲੀ ਗੱਲ ਇਹ ਕਿ ਬੀਬੀ ਅੰਬਿਕਾ ਸੋਨੀ ਜਿਹੜੇ ਨੇ ਉਹਨਾਂ ਦਾ ਕਿਤੇ ਬਾਜਮਾ ਵੋਟ ਬੈਂਕ ਨਹੀਂ, ਜੇਤਲੀ ਸਾਹਿਬ ਵਾਂਗੂ, ਡਾਕਟਰ ਮਨਮੋਹਨ ਸਿੰਘ ਵਾਂਗੂ, ਪੀ ਚਿਦੰਬਰਮ ਵਾਂਗੂ ਹੈ ਨਹੀਂ ਕਿਤੇ ਬਾਜਮਾ ਵੋਟ ਬੈਂਕ, ਕਿਉਂਕਿ ਉਹਨਾਂ ਨੇ ਰਾਜਨੀਤੀ ਕੀਤੀ ਹੈ ਦਿੱਲੀ ਚ, ਤੇ ਜਦੋਂ ਦਿੱਲੀ ਦੇ ਵਿੱਚ ਕੋਈ ਲੀਡਰ ਰਾਜਨੀਤੀ ਕਰਦਾ ਆਪਣੀ ਪਾਰਟੀ ਦੀ ਹਾਈਕਮਾਂਡ ਦੇ ਵਿੱਚ ਉਹਦਾ ਦਬਦਬਾ ਤਾਂ ਬਥੇਰਾ ਹੁੰਦਾ, ਕਿਸੇ ਨੂੰ ਟਿਕਟ ਦਵਾ ਵੀ ਸਕਦਾ, ਕਿਸੇ ਦੀ ਟਿਕਟ ਕਟਾ ਵੀ ਸਕਦਾ, ਪਰ ਆਮ ਵੋਟਰਾਂ ਦੇ ਵਿੱਚ ਠੋਕ ਵਾਲੀ ਗੱਲ ਕੋਈ ਨਹੀਂ ਹੁੰਦੀ। ਹੁਣ ਬੀਬੀ ਅੰਬਿਕਾ ਸੋਨੀ ਕਾਂਗਰਸ ਪਾਰਟੀ ਦੇ ਬੜੇ ਪੁਰਾਣੇ ਲੀਡਰ ਨੇ, ਬਹੁਤ ਹੰਢੇ ਵਰਤੇ ਲੀਡਰ ਨੇ। ਜਿੰਨੀ ਦੇਰ ਬੀਬੀ ਸੋਨੀਆ ਗਾਂਧੀ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਰਹੀ ਹੈ, ਬੀਬੀ ਅੰਬਿਕਾ ਸੋਨੀ ਨੂੰ ਵੱਡੇ ਸੂਬਿਆਂ ਦੇ ਵਿੱਚ ਇੰਚਾਰਜ ਬਣਨ ਦਾ ਮੌਕਾ ਵੀ ਮਿਲਿਆ ਤੇ ਉਹ ਇੱਕ ਤਰ੍ਹਾਂ ਦੇ ਨਾਲ ਸਿਆਸੀ ਕੋਰ ਕਮੇਟੀ ਦੇ ਮੈਂਬਰ ਵੀ ਰਹੇ। ਪਿਛਲੀ ਵਾਰ ਜਦੋਂ 2014 ਦੇ ਵਿੱਚ ਲੋਕ ਸਭਾ ਦੀ ਚੋਣ ਹੋਈ ਤਾਂ ਬੀਬੀ ਅੰਬਿਕਾ ਸੋਨੀ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਪੰਜਾਬ ਦੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਿਸਮਤ ਜ਼ਮਾਉਣਾ ਚਾਹੁੰਦੀ ਹਾਂ। ਕਾਂਗਰਸੀਆਂ ਨੇ ਕਹਿ ਤੱਕ ਲਾਈ, ਇਹਦੇ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਸਾਡੇ ਲਈ ਮਾਣ ਵਾਲੀ ਗੱਲ ਹੈ, ਬੀਬੀ ਅੰਬਿਕਾ ਸੋਨੀ ਜੀ ਤੁਸੀਂ ਆਓ। ਉਹਨਾਂ ਨੇ ਚੋਣ ਲੜੀ, ਚੋਣ ਲੜੀ, ਚੋਣ ਹਾਰ ਗਏ, ਉਹਦੇ ਤੋਂ ਬਾਅਦ 4 ਸਾਲ ਤਕਰੀਬਨ ਹੋਣ ਵਾਲੇ ਹੈ ਅੰਬਿਕਾ ਸੋਨੀ ਹੋਰਾਂ ਨੇ, ਮੈਨੂੰ ਨੀ ਲੱਗਦਾ ਕਿ 4 ਗੇੜੇ ਲਾਏ ਹਲਕੇ ਦੁਆਰਾ 4 ਸਾਲਾਂ ਚ। ਪਰ ਹੁਣ ਜਦੋਂ ਲੋਕ ਸਭਾ ਦੀ ਚੋਣ ਦੇ ਵਿੱਚ ਸਾਲ ਰਹਿ ਗਿਆ ਕੇਵਲ ਇੱਕ, ਤਾਂ ਬੀਬੀ ਅੰਬਿਕਾ ਸੋਨੀ ਨੂੰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਚੇਤਾ ਆ ਗਿਆ। ਇਸ ਕਰਕੇ ਨਹੀਂ ਕਿ ਉਹ ਸੰਸਦ ਦੇ ਵਿੱਚ ਜਾਣ ਦੇ ਲਈ ਕਾਹਲੇ ਨੇ, ਕਿਉਂਕਿ ਕਾਂਗਰਸ ਪਾਰਟੀ ਨੇ ਬੀਬੀ ਅੰਬਿਕਾ ਸੋਨੀ ਨੂੰ ਰਾਜ ਸਭਾ ਦੀ ਮੈਂਬਰ ਬਣਾਤਾ ਸੀ, ਉਹ ਤਾਂ ਪਹਿਲਾਂ ਹੀ ਸੰਸਦ ਦੇ ਵਿੱਚ ਨੇ। ਪਰ ਇਹਦੇ ਬਾਵਜੂਦ ਵੀ ਬੀਬੀ ਅੰਬਿਕਾ ਸੋਨੀ ਦਾ ਆਪਣੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਵਾਪਸ ਪਰਤਣਾ, ਲੋਕਾਂ ਦੇ ਵਿੱਚ ਜਾ ਕੇ ਥੋੜਾ ਥੋੜਾ ਵਿਚਰਨ ਦਾ ਕੰਮ ਸ਼ੁਰੂ ਕਰਨਾ, ਇਹ ਸੰਕੇਤ ਦਿੰਦਾ ਹੈ ਕਿ ਕਿਤੇ ਨਾ ਕਿਤੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਸ਼ਾਂਤ ਸਿਆਸੀ ਪਾਣੀਆਂ ਦੇ ਵਿੱਚ ਹੁਣ ਢੀਮ ਮਾਰਕ ਨੂੰ ਹਿਲਾਉਣ ਦਾ ਯਤਨ ਬੀਬੀ ਅੰਬਿਕਾ ਸੋਨੀ ਨੇ ਕੀਤਾ। ਕਾਰਨ ਕੀ ਨੇ, ਕਿਵੇਂ ਸਰਗਰਮੀ ਕੀਤੀ? ਦੇਖੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬੀਬੀ ਅੰਬਿਕਾ ਸੋਨੀ ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਨੇ ਆਪਣੇ ਕੋਟੇ ਦੇ ਵਿੱਚੋਂ 9 ਐਂਬੂਲੈਂਸ ਬਣਾ ਕੇ ਦਿੱਤੀਆਂ ਅਨੰਦਪੁਰ ਸਾਹਿਬ ਹਲਕੇ ਦੇ ਲਈ, ਕਿਉਂਕਿ ਅਨੰਦਪੁਰ ਸਾਹਿਬ ਲੋਕ ਸਭਾ ਦੇ ਵਿੱਚ 9 ਵਿਧਾਨ ਸਭਾ ਦੇ ਹਲਕੇ ਨੇ, ਤੇ ਜਦੋਂ 9 ਐਂਬੂਲੈਂਸ ਦਿੱਤੀਆਂ ਹਰ ਇੱਕ ਹਲਕੇ ਦੇ ਲਈ ਇੱਕ, ਉਹਦੇ ਉੱਤੇ ਵੱਡਾ ਵੱਡਾ ਕਰਕੇ ਆਪਣਾ ਨਾਂ ਲਿਖਾਇਆ ਕਿ ਭਾਈ ਬੀਬੀ ਅੰਬਿਕਾ ਸੋਨੀ ਨੇ ਆਪਣੇ MP ਕੋਟੇ ਦੇ ਵਿੱਚੋਂ ਲੈ ਕੇ ਦਿੱਤੀਆਂ। ਮੈਨੂੰ ਚੇਤਾ ਆ ਗਿਆ ਐਂਬੂਲੈਂਸ ਦੇਖ ਕੇ, ਜਦੋਂ ਇੱਕ ਵਾਰੀ ਡਾਕਟਰ ਮਨਮੋਹਨ ਸਿੰਘ ਦੀ ਕੇਂਦਰ ਸਰਕਾਰ ਨੇ 108 ਨੰਬਰ ਐਂਬੂਲੈਂਸ ਪੰਜਾਬ ਨੂੰ ਦਿੱਤੀਆਂ ਸੀ, ਤੇ ਦਿੱਤੀਆਂ ਕੇਂਦਰ ਸਰਕਾਰ ਨੇ, ਬਾਦਲ ਸਾਹਿਬ ਮੁੱਖ ਮੰਤਰੀ ਸੀ, ਇਹਨਾਂ ਨੇ ਆਪਣੀ ਵੱਡੀ ਵੱਡੀ ਫੋਟੋ ਲਾ ਲਈ, ਤੇ ਜਦੋਂ ਵੱਡੀ ਵੱਡੀ ਫੋਟੋ ਲਾ ਲਈ ਯੂਥ ਕਾਂਗਰਸ ਹੀ ਕਹਿਣ ਕਿ ਤੁਸੀਂ ਗਲਤ ਕੀਤਾ, ਫੋਟੋ ਡਾਕਟਰ ਮਨਮੋਹਨ ਸਿੰਘ ਦੀ ਚਾਹੀਦੀ ਹੈ, ਅਗਲੇ ਕਹਿੰਦੇ ਅਸੀਂ ਲਾਉਣ ਨਹੀਂ ਦੇਣੀ। ਇਹਨਾਂ ਨੇ 2 ਐਂਬੂਲੈਂਸ ਜਿਹੜੀਆਂ ਸੀ ਉੱਥੇ ਜਾ ਕੇ ਬਾਦਲ ਸਾਹਿਬ ਦੀ ਫੋਟੋ ਲਾ ਕੇ ਡਾਕਟਰ ਮਨਮੋਹਨ ਸਿੰਘ ਦੀ ਲਾਤੀ, ਤੇ ਉਹਦੇ ਤੋਂ ਬਾਅਦ ਪੰਜਾਬ ਦੀ ਸਰਕਾਰ ਨੇ ਬਾਦਲ ਸਾਹਿਬ ਦੀ ਐਂਬੂਲੈਂਸ ਤੇ ਲੱਗੀ ਹੋਈ ਫੋਟੋ ਦੀ ਸੁਰੱਖਿਆ ਦੇ ਲਈ ਕਈ ਕਈ ਹਫ਼ਤੇ ਪੁਲਿਸ ਦੇ ਕਰਮਚਾਰੀਆਂ ਦੀ ਡਿਊਟੀ ਲਾ ਰੱਖੀ ਸੀ ਕਿ ਭਾਈ ਤੁਸੀਂ ਨਿਗਾਹ ਰੱਖਣੀ ਹੈ, ਕੋਈ ਕਾਂਗਰਸੀ ਆ ਕੇ ਬਾਦਲ ਸਾਹਿਬ ਦੀ ਫੋਟੋ ਲਾ ਕੇ ਡਾਕਟਰ ਮਨਮੋਹਨ ਸਿੰਘ ਦੀ ਨਾ ਲਾ ਦੇਵੇ। ਤੇ ਹੁਣ ਲੰਬੇ ਸਮੇਂ ਬਾਅਦ ਬੀਬੀ ਅੰਬਿਕਾ ਸੋਨੀ ਨੇ ਆਪਣਾ ਨਾਮ ਬੜੇ ਮੋਟੇ ਮੋਟੇ ਅੱਖਰਾਂ ਦੇ ਵਿੱਚ ਲਿਖਵਾਇਆ। ਚਲੋ ਇੰਨਾ ਸ਼ੁਕਰ ਹੈ ਕਿ ਉਹਨਾਂ ਨੇ ਐਂਬੂਲੈਂਸ ਭੇਜੀਆਂ, ਜੇ ਕਿਸੇ ਬੰਦੇ ਦੀ ਜਾਨ ਬਚ ਜਾਏਗੀ, ਕੋਈ ਬੰਦਾ ਸਮੇਂ ਸਿਰ ਹਾਦਸੇ ਦੇ ਵਿੱਚ ਜੇ ਜ਼ਖਮੀ ਹੁੰਦਾ ਤਾਂ ਹਸਪੀਟਲ ਪਹੁੰਚ ਜਾਏਗਾ, ਬੀਬੀ ਅੰਬਿਕਾ ਸੋਨੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਚੰਗਾ ਕੀਤਾ। ਪਰ ਹੁਣ ਸਿਆਸੀ ਤੌਰ ਦੇ ਉੱਤੇ ਨੁਕਤਾ ਕੀ ਨਿਕਲਦਾ? ਨੁਕਤਾ ਸੁਖਨੈਬ ਜੀ ਇਹ ਨਿਕਲਦਾ ਹੈ ਕਿ ਬੀਬੀ ਅੰਬਿਕਾ ਸੋਨੀ ਆਪ ਤਾਂ ਰਾਜ ਸਭਾ ਦੇ ਮੈਂਬਰ ਨੇ, ਹੋ ਸਕਦਾ ਹੈ ਕਿ ਉਹ ਆਪਣੇ ਬੇਟੇ ਨੂੰ
ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਐਤਕੀ ਚੋਣ ਲੜਾ ਕੇ ਲੋਕ ਸਭਾ ਦੇ ਵਿੱਚ ਉਹਦਾ ਪੈਰ ਧਰਾਵਾ ਚਾਹੁੰਦੇ ਆ। ਹੁਣ ਪਿਛਲੀ ਵਾਰੀ ਬੀਬੀ ਅੰਬਿਕਾ ਸੋਨੀ ਕਿਵੇਂ ਹਾਰੇ? ਦੇਖੋ 3 ਲੱਖ ਤਕਰੀਬਨ 46-47 ਹਜ਼ਾਰ ਵੋਟਾਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਪਈਆਂ, ਜਿੱਤ ਗਏ। 3,23,24,000 ਵੋਟਾਂ ਬੀਬੀ ਅੰਬਿਕਾ ਸੋਨੀ ਦੀਆਂ ਸੀ, 23-24,000 ਨਾਲ ਪਛੜ ਗਏ। ਇਹਨਾਂ ਤੋਂ ਬਾਅਦ ਤੀਸਰੇ ਨੰਬਰ ਦੇ ਉੱਤੇ ਸੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ। ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ 3,06,000 ਵੋਟਾਂ ਸੀ। ਕਹਿਣ ਦਾ ਭਾਵ ਹੈ ਕਿ 15-20,000 ਦਾ ਫਰਕ ਬੀਬੀ ਅੰਬਿਕਾ ਸੋਨੀ ਤੇ ਚੰਦੂਮਾਜਰਾ ਸਾਹਿਬ ਦੇ ਵਿਚਾਲੇ, ਫਿਰ ਮੁੜ ਕੇ 15-20,000 ਦਾ ਫਰਕ ਹਿੰਮਤ ਸਿੰਘ ਸ਼ੇਰਗਿੱਲ ਤੇ ਅੰਬਿਕਾ ਸੋਨੀ ਦੇ ਵਿਚਾਲੇ। ਹੁਣ ਇੱਕ ਗੱਲ ਪੱਕੀ ਹੈ, ਜੋ ਕੈਲਕੂਲੇਸ਼ਨਾਂ ਮੈਨੂੰ ਲੱਗਦਾ ਕਿ ਬੀਬੀ ਅੰਬਿਕਾ ਸੋਨੀ ਨੇ ਕੀਤੀਆਂ, ਇੱਕ ਤਾਂ ਇਹ ਸੋਚਦੇ ਹੋਣਗੇ ਕਿ ਜਦੋਂ ਚੰਦੂਮਾਜਰਾ ਸਾਹਿਬ ਮੇਰੇ ਤੋਂ ਜਿੱਤੇ ਸੀ, ਸਰਕਾਰ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸੀ, ਲਾਭ ਮਿਲਿਆ ਹੋਵੇਗਾ ਚੰਦੂਮਾਜਰੇ ਨੂੰ, ਤੇ ਹੁਣ ਸਰਕਾਰ ਕਾਂਗਰਸ ਦੀ ਹੈ। ਦੂਸਰਾ, ਬੀਬੀ ਅੰਬਿਕਾ ਸੋਨੀ ਨੇ ਕੈਲਕੂਲੇਟ ਇਹ ਵੀ ਕੀਤਾ ਹੋਏਗਾ ਕਿ ਹੁਣ ਅਕਾਲੀ ਦਲ ਦੀ ਸਥਿਤੀ ਵਿਧਾਨ ਸਭਾ ਦੀਆਂ ਚੋਣਾਂ ਹਾਰਨ ਤੋਂ ਬਾਅਦ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ, ਅਜੇ ਉਹ ਸਾਡਾ ਮੁਕਾਬਲਾ ਨਹੀਂ ਕਰ ਸਕਦੇ। ਤੀਸਰੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਬੀਬੀ ਅੰਬਿਕਾ ਸੋਨੀ ਇਹ ਵੀ ਦੇਖਦੇ ਹੋਣਗੇ ਕਿ ਹਿੰਮਤ ਸਿੰਘ ਸ਼ੇਰਗਿੱਲ ਨੂੰ ਜਦੋਂ 3,06,000 ਵੋਟਾਂ ਮਿਲੀਆਂ ਸੀ, ਸ਼ੇਰਗਿੱਲ ਸਾਹਿਬ ਬਾਅਦ ਚ 6 ਵਾਰੀ ਵੀ ਸਾਰੇ ਹਲਕਿਆਂ ਚ ਨਹੀਂ ਗਏ। ਮੈਨੂੰ ਲੱਗਦਾ ਕਿ ਐਤਕੀ ਜੇ ਆਮ ਆਦਮੀ ਪਾਰਟੀ ਉੱਥੋਂ 1,06,000 ਵੋਟਾਂ ਵੀ ਲੈ ਜਾਏ, ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋਣੀ ਹੈ। 1.5-2 ਲੱਖ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਟੁੱਟ ਕੇ ਕਿਸੇ ਹੋਰ ਪਾਸੇ ਜਾਣੀਆਂ, ਉਹ ਕਿਸਾ ਪਾਸਾ ਕਿਹੜਾ ਹੁੰਦਾ ਹੈ, ਇਹਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰੇਗਾ। ਇੱਕ ਛੋਟਾ ਜਿਹਾ ਨੁਕਤਾ ਇਸ ਮੁੱਦੇ ਤੇ ਹੋਰ ਹੈ ਸੁਖਨੈਬ ਜੀ, ਉਦੋਂ ਬਹੁਜਨ ਸਮਾਜ ਪਾਰਟੀ ਵੱਲੋਂ ਹੈਰਾਨੀਜਨਕ ਢੰਗ ਦੇ ਨਾਲ ਕੇ ਐਸ ਮੱਖਣ ਨੇ ਚੋਣ ਲੜੀ ਸੀ, 70,000 ਵੋਟਾਂ ਮੈਨੂੰ ਲੱਗਦਾ ਕੇ ਐਸ ਮੱਖਣ ਦੀਆਂ ਵੀ ਸੀ। ਐਤਕੀ ਮੱਖਣ ਸਾਹਿਬ ਕਿਸੇ ਹੋਰ ਸਿਆਸੀ ਪਾਰਟੀ ਦੇ ਵਿੱਚ ਮੱਖਣ ਵਾਲਾ ਕਟੋਰਾ ਲੈ ਕੇ ਜਾ ਬੈਠੇ ਆ, ਤੇ ਜਦੋਂ ਹੁਣ ਮੱਖਣ ਸਾਹਿਬ ਬਹੁਜਨ ਸਮਾਜ ਪਾਰਟੀ ਚ ਨਹੀਂ, ਬਹੁਜਨ ਸਮਾਜ ਪਾਰਟੀ ਕਿਸੇ ਹੋਰ ਨੂੰ ਟਿਕਟ ਦੇਗੀ, ਤਾਂ ਮੈਨੂੰ ਨੀ ਲੱਗਦਾ ਪਿਛਲੀਆਂ 70,000 ਦੇ ਮੁਕਾਬਲੇ ਐਤਕੀ 35,000 ਵੋਟਾਂ ਵੀ ਪੈਣਗੀਆਂ। ਉਹ ਵੀ ਜਿਹੜਾ 34-35,000 ਵੋਟਾਂ ਦਾ ਘਾਟਾ ਬਹੁਜਨ ਸਮਾਜ ਪਾਰਟੀ ਨੂੰ ਪੈਣਾ, ਉਹਦਾ ਵਾਧਾ ਕਿਹਨੂੰ ਜਾਏਗਾ? ਇਹ ਵੀ ਸੁਖਨੈਬ ਜੀ ਆਪਣੇ ਆਪ ਦੇ ਵਿੱਚ ਸਵਾਲ ਖੜੇ ਦਾ ਖੜਾ ਹੈ। ਭਾਵੇਂ ਮੋਹਾਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸੱਦ ਕੇ 9 ਐਂਬੂਲੈਂਸ ਗੱਡੀਆਂ ਨੂੰ ਹਰੀ ਝੰਡੀ ਵਿਖਾਉਂਦਿਆਂ ਬੀਬੀ ਅੰਬਿਕਾ ਸੋਨੀ ਨੇ ਆਪਣੇ ਸੰਬੋਧਨ ਦੇ ਵਿੱਚ ਸਿਆਸੀ ਤੌਰ ਤੇ ਕੋਈ ਸੰਕੇਤ ਨਹੀਂ ਦਿੱਤਾ, ਪਰ ਇੰਨੀ ਗੱਲ ਪੱਕੀ ਹੈ ਕਿ ਉਸ ਸਮਾਗਮ ਦੇ ਵਿੱਚ ਕਈ ਉਹ ਕਾਂਗਰਸੀ ਲੀਡਰ ਵੀ ਸੁਖਨੈਬ ਜੀ ਹਾਜ਼ਰ ਸੀ, ਜਿਹੜੇ ਐਤਕੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਨ ਦੇ ਲਈ ਕਾਹਲੇ ਨੇ, ਪਰ ਜਦੋਂ ਉਹਨਾਂ ਨੇ ਬੀਬੀ ਅੰਬਿਕਾ ਸੋਨੀ ਦੀਆਂ ਸਰਗਰਮੀਆਂ ਵੇਖੀਆਂ ਤੇ ਸਿਆਸੀ ਤੌਰ ਤੇ ਸਿਕਰੀ ਤਾਂ ਉਹਨਾਂ ਦੇ ਬਿੱਲਾਂ ਤੇ ਜ਼ਰੂਰ ਆਈ ਹੋਈ ਸੀ ਜੀ। ਬਸ ਇੱਕ ਬ੍ਰੇਕ ਲੈ ਲਈਏ ਜੀ, ਛੋਟੀ ਜੀ ਜੀ। ਲਓ ਜੀ, ਬ੍ਰੇਕ ਤੋਂ ਬਾਅਦ ਇੱਕੋ ਥਾਂ ਤੋਂ ਖਬਰਾਂ ਲੈ ਕੇ ਹਾਜ਼ਰ ਹੈ ਤੇ ਖਬਰ ਸਾਂਝੀ ਕਰਦੇ ਬਾਦ ਸਾਹਿਬ, ਮੌਨਸੂਨ ਚੰਗੀ ਰਹਿਣ ਦੇ ਆਸਾਰ ਨੇ। ਸੁਖਨੈਬ ਜੀ, ਇਹ ਵੀ ਇੱਕ ਵਧੀਆ ਸੰਕੇਤ ਹੈ ਕਿ ਭਾਰਤ ਦੇ ਵਿੱਚ ਐਤਕੀ ਦੀਆਂ ਗਰਮੀਆਂ ਦੇ ਵਿੱਚ ਮੌਨਸੂਨ ਜਿਹੜੀ ਹੈ ਜੀ ਉਹ ਔਸਤ ਰਹੇਗੀ, ਸਧਾਰਨ ਰਹੇਗੀ। ਸਧਾਰਨ ਤੋਂ ਭਾਵ ਕਿ ਜਿੰਨੀ ਸਾਨੂੰ ਲੋੜ ਹੈ ਓਨਾ ਨਹੀਂ ਪਏਗਾ, ਇਹ ਭਾਰਤ ਦੇ ਮੌਸਮ ਵਿਭਾਗ ਦਾ ਕਹਿਣਾ, ਤੇ ਜੇ ਉਹਨਾਂ ਦੀ ਗੱਲ ਸੱਚ ਨਿਕਲੀ ਤਾਂ ਚੰਗਾ ਜੀ। ਹੁਣ ਅਗਲੀ ਗੱਲ ਕੀ ਹੈ, ਦੇਖੋ ਪਿਛਲੀ ਵਾਰ 2015 ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ 93% ਮੀਂਹ ਪਊਗਾ, 86% ਪਿਆ। 2016 ਚ ਕਹਿੰਦੇ ਸੀ 106% ਮੀਂਹ ਪਊਗਾ, 97% ਪਿਆ। ਪਰ ਪਿਛਲੇ ਵਰੇ ਕਿਹਾ ਸੀ ਕਿ 96% ਪਏਗਾ ਤੇ 95% ਪੈ ਗਿਆ ਸੀ। ਕਹਿਣ ਦਾ ਭਾਵ ਹੈ ਕਿ ਤਕਰੀਬਨ ਪਿਛਲੀ ਵਾਰ ਦਾ ਅਨੁਮਾਨ ਠੀਕ ਸਾਬਿਤ ਹੋਇਆ ਜੀ। ਹੁਣ ਸਵਾਲ ਕੀ ਖੜਾ ਹੁੰਦਾ, ਸਵਾਲ ਇਹ ਖੜਾ ਹੁੰਦਾ ਕਿ ਠੀਕ ਹੈ, ਇਹਨਾਂ ਨੇ ਭਾਰਤ ਦਾ ਇੱਕ ਅਨਾਲਿਸਿਸ ਕੀਤਾ ਕਿ ਮੀਂਹ ਜਿਹੜਾ ਜਿੰਨਾ ਚਾਹੀਦਾ ਉਨਾ ਪਏਗਾ, ਪਰ ਦੂਸਰੇ ਪਾਸੇ ਇੱਕ ਰੌਲਾ ਹੋਰ ਵੀ ਹੈ ਜੀ। ਮੀਂਹ ਭਾਰਤ ਦੇ ਵਿੱਚ ਤਾਂ ਜਿੰਨਾ ਚਾਹੀਦਾ ਉਨਾ ਪਊਗਾ, ਪਰ ਮੀਂਹ ਦਾ ਪੈਟਰਨ ਬਦਲ ਰਿਹਾ। ਪੈਟਰਨ ਕਿਵੇਂ ਬਦਲ ਰਿਹਾ ਸੁਖਨੈਬ ਜੀ, ਜਦੋਂ ਆਪਾਂ ਬਰਸਾਤ ਦੀ ਗੱਲ ਕਰਦੇ ਹਾਂ, ਮੌਨਸੂਨ ਦੀ ਗੱਲ ਕਰਦੇ ਹਾਂ, ਤਾਂ ਇੱਕ ਗੱਲ ਦਾ ਚੇਤਾ ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਜੀ ਕਿ ਭਾਰਤ ਦੇ ਵਿੱਚ ਖੇਤੀਯੋਗ ਜ਼ਮੀਨ ਦਾ 56% ਅਜੇ ਤੱਕ ਵੀ ਕੁਦਰਤ ਦੇ ਉੱਤੇ, ਮੀਂਹ ਦੇ ਉੱਤੇ, ਬਰਸਾਤ ਦੇ ਉੱਤੇ ਨਿਰਭਰ ਕਰਦਾ। ਕੇਵਲ 44% ਭਾਰਤ ਦੀ ਖੇਤੀਯੋਗ ਜ਼ਮੀਨ ਹੀ ਐਸੀ ਹੈ ਜਿਹਨੂੰ ਅਸੀਂ ਨਹਿਰਾਂ ਦੇ ਪਾਣੀ ਨਾਲ ਜਾਂ ਮੋਟਰ ਟਿਊਬਵੈੱਲ ਦੇ ਪਾਣੀ ਦੇ ਨਾਲ ਸਿੰਜਣ ਦੀ ਸਮਰੱਥਾ ਪੈਦਾ ਕਰ ਸਕੇ ਹਾਂ। ਤੇ ਜਿਸ ਦੇਸ਼ ਦੇ ਵਿੱਚ ਅੱਧਿਓ ਵੱਧ ਖੇਤੀਬਾੜੀ ਯੋਗ ਜ਼ਮੀਨ ਜਿਹੜੀ ਹੈ ਉਹ ਅਜੇ ਤੱਕ ਵੀ ਕੁਦਰਤ ਦੇ ਉੱਤੇ ਨਿਰਭਰ ਕਰਦੀ ਹੈ, ਉਸ ਦੇਸ਼ ਨੇ ਮਹਾਂਸ਼ਕਤੀ ਕਦ ਬਣਨਾ ਸਮਝ ਨਹੀਂ ਆਉਂਦੀ। ਹੁਣ ਪਿਛਲੀ ਵਾਰ ਕੀ ਹੋਇਆ, ਪਿਛਲੀ ਵਾਰ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ 100% ਸਾਨੂੰ ਵੀ ਚਾਹੀਦਾ ਸੀ, 95% ਪੈ ਗਿਆ, ਕਾਫੀ ਹੈ, ਕੋਈ ਖਾਸ ਗੱਲ ਨਹੀਂ। ਪਰ ਪੈਟਰਨ ਮੀਂਹ ਨੇ ਕਿਵੇਂ ਚੇਂਜ ਕੀਤਾ,
ਪੈਟਰਨ ਇਸ ਤਰੀਕੇ ਤਬਦੀਲ ਕੀਤਾ ਕਿ 640 ਕੁੱਲ ਭਾਰਤ ਦੇ ਜ਼ਿਲ੍ਹਿਆਂ ਦੇ ਵਿੱਚੋਂ 238 ਜ਼ਿਲ੍ਹੇ ਐਸੇ ਸੀ ਜਿਨ੍ਹਾਂ ਦੇ ਵਿੱਚ ਮੌਨਸੂਨ ਠੀਕ ਰਹੀ, 15% ਜ਼ਿਲ੍ਹੇ ਐਸੇ ਸੀ ਜਿੱਥੇ ਨਹੀਂ ਵੱਧ ਪੈ ਗਿਆ ਉੱਥੇ ਹੜ੍ਹ ਆ ਗਏ, ਇਹਦੇ ਤੋਂ ਇਲਾਵਾ 38% ਜ਼ਿਲ੍ਹੇ ਐਸੇ ਰਹੇ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸੋਕਾ ਪੈ ਗਿਆ। ਕਹਿਣ ਦਾ ਭਾਵ ਹੈ ਕਿ ਭਾਰਤ ਦੇ ਵਿੱਚ ਬੱਦਲ ਆਉਂਦੇ ਤਾਂ ਪੂਰੇ ਆ, ਪਾਣੀ ਵੀ ਪੂਰਾ ਭਰਿਆ ਹੁੰਦਾ, ਪਰ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਸਾਨੂੰ ਜਿੰਨੇ ਜਿੰਨੇ ਮੀਂਹ ਦੀ ਲੋੜ ਹੁੰਦੀ ਆ ਜਾਂ ਜਿੰਨੀ ਪੇਸ਼ਨਗੋਈ ਹੁੰਦੀ ਹੈ ਉਹਦੇ ਹਿਸਾਬ ਦੇ ਨਾਲ ਮੀਂਹ ਨਹੀਂ ਪੈਂਦਾ, ਮੀਂਹ ਕਿਤੇ ਵੱਧ ਤੇ ਕਿਤੇ ਘੱਟ ਪੈ ਜਾਂਦਾ ਤੇ ਸਿੱਟਾ ਕਾਹਦੇ ਰੂਪ ਚ ਨਿਕਲਦਾ, ਕਦੇ ਪਹਾੜਾਂ ਤੇ ਢਿੱਗਾਂ ਡਿੱਗਦੀਆਂ, ਕਦੇ ਬਿਹਾਰ ਦੇ ਵਿੱਚ ਹੜ੍ਹ ਆ ਜਾਂਦਾ, ਕਦੇ ਪੱਛਮੀ ਬੰਗਾਲ ਦੇ 5-4 ਜ਼ਿਲ੍ਹੇ ਡੁੱਬ ਜਾਂਦੇ ਹੈ, ਕਦੇ ਇੱਧਰਲੇ ਪਾਸੇ ਯੂਪੀ ਦਾ ਇੱਕ ਹਿੱਸਾ ਵੀ ਹੜ੍ਹਾਂ ਦੇ ਕਰਕੇ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰਭਾਵਿਤ ਹੁੰਦਾ, ਤੇ ਦੂਸਰੇ ਪਾਸੇ ਆਪਣੇ ਕੋਲ ਦੱਖਣੀ ਭਾਰਤ ਦੇ ਕੁਝ ਕੁ ਸੂਬੇ ਹੈਗੇ ਆ, ਖਾਸ ਤੌਰ ਦੇ ਉੱਤੇ ਜੇ ਆਪਾਂ ਮੱਧ ਭਾਰਤ ਦੇ ਵਿੱਚ ਗੱਲ ਮਹਾਰਾਸ਼ਟਰ ਤੇ ਗੁਜਰਾਤ ਵੀ ਕਰ ਲਈਏ, ਮਸਲਾ ਉੱਧਰ ਵੀ ਖਰਾਬ ਹੈ। ਆ ਪਿਛਲੇ ਦਿਨਾਂ ਦੇ ਵਿੱਚ ਉੱਥੋਂ ਇੱਕ ਗੱਲ ਸਪਸ਼ਟ ਹੋਈ ਸੀ, ਗੁਜਰਾਤ ਦੇ 2-3 ਪਿੰਡ ਨੇ ਉੱਥੇ 200 ਬੰਦੇ ਦੀ ਕਤਾਰ ਅੱਜ ਵੀ ਲੱਗਦੀ ਹੈ ਪੀਣ ਵਾਲਾ ਪਾਣੀ ਆਪਣੇ ਆਪਣੇ ਮਟਕੇ ਚ ਭਰਨ ਦੇ ਲਈ, ਕਿਉਂਕਿ ਸੋਕਾ ਇੱਡੀ ਵੱਡੀ ਪੱਧਰ ਤੇ ਪੈ ਗਿਆ। ਇਹਦੇ ਨਾਲ ਨਾਲ ਮਹਾਰਾਸ਼ਟਰ ਦਾ ਮਰਾਠਵਾੜਾ ਖੇਤਰ ਜਿਹੜਾ ਹੈ, ਉਸ ਮਰਾਠਵਾੜਾ ਖੇਤਰ ਦੇ ਵਿੱਚ ਪਿਛਲੇ ਕਈ ਵਰ੍ਹਿਆਂ ਦੇ ਵਿੱਚ ਆਪਾਂ ਨੂੰ ਇੱਧਰਲੇ ਪਾਸੇ ਨੌਰਥ ਇੰਡੀਆ ਤੋਂ ਟ੍ਰੇਨਾਂ ਪਾਣੀ ਦੀਆਂ ਭਰ ਕੇ ਲਿਜਾਣੀਆਂ ਪੈਂਦੀਆਂ ਕਿ ਘੱਟੋ ਘੱਟ ਉਹਨਾਂ ਨੂੰ ਪਾਣੀ ਪੀਣ ਨੂੰ ਤਾਂ ਨਸੀਬ ਹੋਵੇ, ਤੇ ਹੁਣ ਆਪਣੇ ਕੋਲ ਅਜੇ ਘੱਟੋ ਘੱਟ 2 ਮਹੀਨੇ ਨੇ। ਇਹਨਾਂ 2 ਮਹੀਨਿਆਂ ਦੇ ਵਿੱਚ ਸਰਕਾਰਾਂ ਜਿੰਨਾ ਕੁ ਵੱਧ ਤੋਂ ਵੱਧ ਪ੍ਰਬੰਧ ਕਰ ਸਕਦੀਆਂ ਕਰਨ, ਕਿਉਂਕਿ ਜੇ ਕਿਸੇ ਜ਼ਿਲ੍ਹੇ ਦੇ ਵਿੱਚ ਮੀਂਹ ਵੱਧ ਪੈ ਜਾਂਦਾ ਤੇ ਹੜ੍ਹਾਂ ਵਾਲੀ ਸਥਿਤੀ ਨਾ ਬਣੇ, ਜੇ ਕਿਤੇ ਸੋਕਾ ਪੈਣ ਦੀ ਸੰਭਾਵਨਾ ਕਿ ਮੀਂਹ ਘੱਟ ਪੈਂਦਾ ਹੈ ਤਾਂ ਉਹਦੇ ਤੋਂ ਬਾਅਦ ਫਿਰ ਜਾ ਕੇ ਜਿਹੜਾ ਉਹ ਮਸਲਾ ਖਰਾਬ ਜਿਹਾ ਹੋ ਜਾਂਦਾ ਕਿ ਪਾਣੀ ਆਪਾਂ ਪਹੁੰਚਾਉਣਾ ਕਿਵੇਂ, ਸਾਰੇ ਪ੍ਰਬੰਧ ਪਹਿਲਾਂ ਕੀਤੇ ਜਾਣ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਕੈਬਨਿਟ ਮੰਤਰੀ ਨੇ, ਤੇ ਜਦੋਂ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਸਾਹਿਬ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਪੰਜਾਬ ਦੇ 70% ਸ਼ਹਿਰਾਂ ਦਾ ਸੀਵਰੇਜ ਜਾਮ ਹੈ, ਅਸੀਂ ਉਹਨੂੰ ਅਜੇ ਪ੍ਰੋਪਰ ਤਰੀਕੇ ਦੇ ਨਾਲ ਹੱਲ ਕਰਨਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਜਦੋਂ ਪੰਜਾਬ ਦੇ ਸ਼ਹਿਰਾਂ ਦਾ 70% ਸੀਵਰੇਜ ਜਾਮ ਹੈ, ਭਲਕ ਨੂੰ ਜੇ ਕਿਤੇ ਝੜੀ ਲੱਗ ਗਈ 2-3 ਮੀਂਹ ਲਗਾਤਾਰ ਪੈਂਦਾ ਰਿਹਾ, ਸ਼ਹਿਰਾਂ ਦੇ ਨੀਵੇਂ ਇਲਾਕੇ ਤਾਂ ਡੁੱਬ ਗਿਆ ਸਮਝੋ ਨਾ, ਫਿਰ ਤਾਂ ਸਾਨੂੰ ਗੋਡਿਆਂ ਤੱਕ ਪਜਾਮੇ ਚੱਕ ਕੇ ਅੱਗੇ ਨੂੰ ਤੁਰਨਾ ਪਏਗਾ, ਹੋਰ ਤਾਂ ਸਾਡੇ ਕੋਲ ਕੋਈ ਚਾਰਾ ਨਹੀਂ ਹੋਣਾ। ਇਹ ਚੰਗੀ ਗੱਲ ਹੈ ਕਿ ਮੌਨਸੂਨ ਜਿਹੜੀ ਆ ਔਫ ਰਹੇਗੀ, ਜਿੰਨਾ ਕੁ ਨਹੀਂ ਸਾਨੂੰ ਚਾਹੀਦਾ ਉਨਾ ਕੁ ਪਏਗਾ, ਪਰ ਸਰਕਾਰਾਂ ਨੂੰ ਆਪਣੇ ਪੱਧਰ ਦੇ ਉੱਤੇ ਉੜ ਪੁੜ ਹੁਣ ਤੋਂ ਸ਼ੁਰੂ ਕਰ ਦੇਣੇ ਚਾਹੀਦੇ ਆ, ਨਹੀਂ ਤਾਂ ਨੇੜੇ ਜਾ ਕੇ ਫਿਰ ਕੰਮ ਕਾਹਲੀ ਵਾਲਾ ਸੌਦਾ ਸਾਬਿਤ ਹੋ ਜਾਂਦਾ ਹੈ। ਜੀ ਸੋ ਇਹ ਵਧੀਆ ਕਿ ਨੇੜੇ ਆ ਕੇ ਕੋਈ ਨਾ ਕੋਈ ਹੋਰ ਬੰਦੋਬਸਤ ਕਰਨੇ ਪੈਂਦੇ ਆ, ਸੋ ਪਹਿਲਾਂ ਹੋ ਜਾਣ ਤਾਂ ਹੋਰ ਚੰਗੀ ਗੱਲ ਹੈ। ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਖੁਸਨ ਦੇ ਅਸਾਰ ਬਣ ਗਏ ਜੀ, ਕਿਵੇਂ ਕਹਿੰਦੇ ਉਹ ਪੰਜੀਰੀ ਨੀ ਭੇਜੀ ਉਹਨਾਂ ਨੇ ਸਾਹਿਬ ਜੀ, ਬੜੀ ਅਜੀਬ ਜੀ ਸਥਿਤੀ ਹੈ। ਪਹਿਲਾਂ ਤਾਂ ਕਹਿੰਦੇ ਸੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਕਿ ਭਾਈ ਬੱਚਾ ਹੋਏਗਾ ਤਾਂ ਤੜਾਗੀ ਵੀ ਲੈ ਕੇ ਆਇਆ ਕਰਾਂਗੇ, ਤੇ ਹੁਣ ਉਹ ਕਹਿੰਦੇ ਜਿਹੜੀ ਪਹਿਲੀ ਸਿਆਸੀ ਤੜਾਗੀ ਉਹਨਾਂ ਨੂੰ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਪਈ ਹੋਈ ਸੀ, ਅਗਲੇ ਉਹ ਵੀ ਲਾ ਲੈਣ ਲੱਗਿਆ ਕਿ ਭਾਈ ਦੇ ਦੋ, ਹੁਣ ਬਹੁਤ ਚਿਰ ਹੋ ਗਿਆ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਰੈਬ ਜੀ, ਜਦੋਂ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਆਸ ਬਿਲਕੁਲ ਨਹੀਂ ਸੀ ਕਿ ਕਿਸੇ ਪੰਜਾਬ ਦੇ MLA ਨੂੰ ਵੀ ਯੂਥ ਕਾਂਗਰਸ ਦਾ ਕੌਮੀ ਪ੍ਰਧਾਨ ਬਣਾਇਆ ਜਾ ਸਕਦਾ, ਪਰ ਰਾਹੁਲ ਗਾਂਧੀ ਦੇ ਨੇੜੇ ਸੀ, ਬਾਕੀ ਗੱਲਾਂ ਵੀ ਚਾਰ ਕਰਨੀਆਂ ਉਹਦੀਆਂ, ਅੰਗਰੇਜ਼ੀ ਵੀ ਚੰਗੀ ਹੈ, ਤੇ ਜਦੋਂ ਭਾਸ਼ਣ ਦਿੰਦੇ ਆ ਦਿੰਦੇ ਵੀ ਘਰੋੜ ਘਰੋੜ ਕੇ ਆ, ਲੋਕਾਂ ਨੂੰ ਕਿਤੇ ਨਾ ਕਿਤੇ ਪਸੰਦ ਵੀ ਆਉਂਦਾ। ਚਲੋ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਬਣ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ, ਲਗਾਤਾਰ ਦੂਜੀ ਵਾਰੀ ਗਿੱਦੜਵਾਹੇ ਤੋਂ MLA ਵੀ ਬਣੇ ਆ, ਮੰਤਰੀ ਬਣਨ ਦੀ ਦੌੜ ਦੇ ਵਿੱਚ ਸਭ ਤੋਂ ਅਗਲੇ ਜਿਹੜੇ 3-4 ਬੰਦੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਂ ਆਉਂਦਾ। ਹੁਣ ਇਹ ਪਤਾ ਲੱਗਿਆ, 3 ਦਿਨ ਹੋ ਗਿਆ ਰੌਲਾ ਪੈਂਦੇ ਨੂੰ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਆਲ ਇੰਡੀਆ ਯੂਥ ਕਾਂਗਰਸ ਦੀ ਪ੍ਰਧਾਨਗੀ ਜਿਹੜੀ ਆ ਵਾਪਸ ਲੈ ਲਈ ਜਾਏਗੀ। ਇੱਥੋਂ ਤੱਕ ਵੀ ਚਰਚਾ ਚੱਲ ਪਈ ਕਿ 3-4 ਦਿਨ ਹੋਏ ਉਹਨਾਂ ਤੋਂ ਅਸਤੀਫਾ ਵੀ ਲੈ ਲਿਆ ਗਿਆ, ਅਜੇ ਐਲਾਨ ਭਾਵੇਂ ਰਸਮੀ ਤੌਰ ਤੇ ਨਹੀਂ ਕੀਤਾ। ਤੇ ਜਦੋਂ ਪੱਤਰਕਾਰ ਭਾਈਚਾਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੋਲੇ ਗਿਆ ਕਿ ਵੜਿੰਗ ਸਾਹਿਬ ਪਤਾ ਲੱਗਿਆ ਤੁਹਾਡੇ ਤੋਂ ਅਸਤੀਫਾ ਲੈ ਲਿਆ, ਕਹਿੰਦੇ ਬਿਲਕੁਲ ਗਲਤ ਗੱਲ ਹੈ, ਮੈਂ ਅਜੇ ਤੱਕ ਵੀ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਹਾਂ, ਕਿਸੇ ਨੇ ਨਾ ਮੇਰੇ ਕੋਲੋਂ ਅਸਤੀਫਾ ਲਿਆ ਤੇ ਨਾ ਮੈਂ ਅਸਤੀਫਾ ਦਿੱਤਾ। ਪਰ ਉਹਨਾਂ ਨੇ ਇੱਕ ਗੱਲ ਕਹਿਤੀ, ਕਹਿੰਦੇ ਪਰ ਮੈਨੂੰ ਇੰਨਾ ਪਤਾ ਕਿ ਸਾਡੀ ਪਾਰਟੀ ਆਲ ਇੰਡੀਆ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਉਣ ਦੇ ਲਈ ਇੰਟਰਵਿਊ ਕਰ ਰਹੀ ਹੈ, ਤੇ ਜਦੋਂ ਉਹਨਾਂ ਨੂੰ ਬੰਦਾ ਏਦਾਂ ਦਾ ਲੱਭ ਪਿਆ ਜਿਹੜਾ ਮੇਰੇ ਵਾਂਗੂ ਸਰਗਰਮ ਰਹਿ ਸਕੇ ਤਾਂ ਉਹਨਾਂ ਨੇ ਨਵਾਂ ਪ੍ਰਧਾਨ ਬਣਾ ਦੇਣਾ, ਮੈਂ ਤਾਂ ਇੱਧਰ MLA ਆ, ਮੇਰੇ ਕੋਲ ਟਾਈਮ ਵੀ ਪੂਰਾ ਨਹੀਂ ਦੇ ਹੁੰਦਾ। ਹਾਲਾਂਕਿ ਵਿੱਚ ਵਿਚਾਲੇ ਚਰਚਾਵਾਂ ਇਹ ਵੀ ਚੱਲਦੀਆਂ ਕਿ ਗੁਜਰਾਤ ਦੇ ਵਿੱਚ ਯੂਥ ਕਾਂਗਰਸ ਦੀ ਸਰਗਰਮੀ ਜਿਸ ਤਰੀਕੇ ਦੀ ਰਹਿਣੀ ਚਾਹੀਦੀ ਸੀ ਨਹੀਂ ਰਹੀ। ਇੱਥੋਂ ਤੱਕ ਕਿ 30-40 ਵਿਧਾਨ ਸਭਾ ਹਲਕਿਆਂ ਦੇ ਵਿੱਚ ਕਈ ਯੂਥ ਵਿੰਗ ਦੇ ਲੀਡਰਾਂ ਨੇ ਇੱਥੋਂ ਤੱਕ ਇਲਜ਼ਾਮ ਲਾ ਤੇ ਕਿ ਵੜਿੰਗ ਸਾਹਿਬ ਤਾਂ ਕਹਿੰਦੇ ਸੀ ਕਿ ਭਾਈ ਤੁਹਾਨੂੰ ਟਿਕਟਾਂ ਦਵਾਵਾਂਗੇ ਪਰ ਟਿਕਟਾਂ ਕਿਸੇ ਹੋਰ ਨੂੰ ਮਿਲ ਗਈ, ਇਸ ਕਰਕੇ ਅਸੀਂ ਵਿਰੋਧ ਤਾਂ ਕੀਤੀ ਤੇ ਆਪਣਾ ਬੰਦਾ ਜਿੱਤਾ ਨਹੀਂ ਦਿੱਤਾ। ਦੂਸਰੇ ਪਾਸੇ ਚਰਚਾ ਇਹ ਵੀ ਹੈ ਕਿ ਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ
ਆਲ ਇੰਡੀਆ ਯੂਥ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਇਆ ਜਾਂਦਾ ਤਾਂ ਬਣਾਇਆ ਕਿਹਨੂੰ ਜਾਏਗਾ, ਹਾਲਾਂਕਿ ਯੂਪੀ ਤੋਂ, ਹਿਮਾਚਲ ਤੋਂ, ਕਰਨਾਟਕ ਤੋਂ ਬਹੁਤ ਸਾਰੇ ਯੂਥ ਵਿੰਗ ਦੇ ਲੀਡਰ ਨੇ ਜਿਹੜੇ ਕਿ ਕਾਂਗਰਸ ਪਾਰਟੀ ਆਲ ਇੰਡੀਆ ਯੂਥ ਕਾਂਗਰਸ ਦੀ ਪ੍ਰਧਾਨਗੀ ਚਾਹੁੰਦੇ ਆ, ਪਰ ਮੈਨੂੰ ਲੱਗਦਾ ਕਿ ਦੱਖਣ ਭਾਰਤ ਦੇ ਕਿਸੇ ਸੂਬੇ ਦੇ ਵਿੱਚੋਂ ਹੀ ਇਸ ਨਵੇਂ ਅਹੁਦੇ ਦੇ ਉੱਤੇ ਕੋਈ ਬੰਦਾ ਬਿਠਾਇਆ ਜਾਏਗਾ, ਕਿਉਂਕਿ ਦੱਖਣ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਕਮਜ਼ੋਰ ਹੈ, ਉਹਨੂੰ ਹੋਰ ਕਮਜ਼ੋਰ ਕਰਨ ਦੇ ਲਈ ਤੇ ਦੱਖਣ ਭਾਰਤ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕੋਈ ਨਾ ਕੋਈ ਪੈਂਤਲ ਦਾ ਰਾਹੁਲ ਗਾਂਧੀ ਇਸ ਤਰੀਕੇ ਦਾ ਜਿਹੜਾ ਉਹ ਲੈ ਸਕਦੇ ਆ, ਤੇ ਹੁਣ ਵੇਖਦੇ ਆ ਕਿ ਜੇ ਵੜਿੰਗ ਸਾਹਿਬ ਤੋਂ 5-7 ਦਿਨਾਂ ਦੇ ਵਿੱਚ ਪ੍ਰਧਾਨਗੀ ਛੁੱਟ ਗਈ ਤਾਂ ਕੀ ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਬਣਨ ਦੇ ਵਿੱਚ ਉਹ ਕਾਮਯਾਬ ਹੋ ਪਾਉਣਗੇ ਜਾਂ ਨਹੀਂ? ਜੀ ਸੋ ਬਿਲਕੁਲ, ਇਹ ਵੀ ਇਹ ਗੱਲ ਕਾਫੀ ਜ਼ਰੂਰੀ ਹੈ, ਔਰ ਮੇਰੇ ਖਿਆਲ ਦੇ ਵਿੱਚ ਰਾਜਾ ਵੜਿੰਗ ਹੋ ਰਿਹਾ ਜਿਹੜੇ ਸ਼ਾਇਦ ਹੁਣ ਕੁਰਸੀ ਦੀ ਪ੍ਰਧਾਨਗੀ ਛੱਡ ਕੇ ਇੱਧਰ ਮੰਤਰੀ ਦੇ ਸੁਪਨੇ ਨਾਲ ਲੈਣ ਲੱਗ ਗਏ, ਹੁਣ ਕਹਿੰਦੇ ਹੁਣ ਇੱਧਰ ਵੀ ਇਸ ਦਾ ਤਾਂ ਲੱਗ ਹੀ ਸਕਦਾ। ਤੇ ਸਾਂਪਲਾ ਦੀ ਗੋਦੀ ਦਾ ਕੀ ਬਣਿਆ ਜੀ? ਸੁਖਨੈਬ ਜੀ, ਸਾਂਪਲਾ ਸਾਹਿਬ ਬੜੇ ਵੱਡੇ ਲੀਡਰ ਨੇ, ਏਡੇ ਵੱਡੇ ਲੀਡਰ ਨੇ, ਕਿਸਮਤ ਦੇ ਧਨੀ ਨੇ। ਪਹਿਲਾਂ ਕਦੇ MLA ਦੀ ਟਿਕਟ ਮੰਗਣੀ, ਕਦੇ MP ਦੀ ਮੰਗਣੀ, ਭਾਰਤੀ ਜਨਤਾ ਪਾਰਟੀ ਨੇ ਕਦੇ ਟਿਕਟ ਨਹੀਂ ਸੀ ਦਿੱਤੀ। ਜੇ ਟਿਕਟ ਦਿੱਤੀ ਤਾਂ ਸਾਰਾ ਕੁਝ ਉਹਨਾਂ ਨੂੰ ਦਿੱਤਾ, ਪਹਿਲਾਂ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ, ਫਿਰ BJP ਦੀ ਪ੍ਰਧਾਨਗੀ ਦਿੱਤੀ, MP ਬਣ ਗਿਆ ਤਾਂ ਮੁੜ ਕੇ ਕੇਂਦਰ ਦੇ ਵਿੱਚ ਵਜ਼ੀਰ ਵੀ ਬਣਾ ਲਿਆ। ਉਹ ਵੱਖਰੀ ਗੱਲ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਦੀ ਸੂਬਾ ਪ੍ਰਧਾਨਗੀ ਤਾਂ ਉਹਨਾਂ ਦੇ ਕੋਲੋਂ ਗਈ ਹੈ ਖੁਸ਼, ਪਰ ਚਰਚਾ ਕਈ ਤਰ੍ਹਾਂ ਦੀ ਚੱਲੀ ਜਾਂਦੀ ਹੈ। ਖਾਸ ਤੌਰ ਦੇ ਉੱਤੇ ਵਿਜੇ ਸਾਂਪਲਾ ਸਾਹਿਬ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨੇ, ਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਇੱਕ ਪ੍ਰੋਗਰਾਮ ਹੈ ਕਿ ਤੁਸੀਂ ਪਿੰਡ ਗੋਦ ਲਓ, ਜਿਹੜਾ ਵੀ ਮੈਂਬਰ ਪਾਰਲੀਮੈਂਟ ਹੈ। ਹੁਣ ਪਿੰਡ ਗੋਦ ਲੈਣ ਦਾ ਸਾਰਾ ਪ੍ਰੋਸੀਜਰ ਕੀ ਹੈ, ਕੀ ਕਾਰਨ ਨੇ, ਉਦੇਸ਼ ਕੀ ਨੇ? ਜੋ ਪ੍ਰਧਾਨ ਮੰਤਰੀ ਸਾਹਿਬ ਨੇ ਦੱਸਿਆ ਸੀ ਉਹਦੇ ਮੁਤਾਬਿਕ ਹਰ ਇੱਕ ਮੈਂਬਰ ਪਾਰਲੀਮੈਂਟ ਇੱਕ ਸਾਲ ਦੇ ਵਿੱਚ ਇੱਕ ਪਿੰਡ ਗੋਦ ਲਏਗਾ ਤੇ ਉਹਨੂੰ ਚੰਗੇ ਤਰੀਕੇ ਡਿਵੈਲਪ ਕਰੇਗਾ, ਜਿਹਦੇ ਨਾਲ ਕਿ ਆਸ ਪਾਸ ਦੇ ਜਿਹੜੇ ਬਾਕੀ ਪਿੰਡ ਨੇ ਉਸ ਪਿੰਡ ਤੋਂ ਸੇਧ ਲੈ ਕੇ, ਉਸ ਪਿੰਡ ਤੋਂ ਸਿੱਖਿਆ ਲੈ ਕੇ ਆਪਣੇ ਆਪ ਨੂੰ ਡਿਵੈਲਪ ਕਰ ਸਕਣ। ਇਸ ਹਿਸਾਬ ਦੇ ਨਾਲ ਤਾਂ ਹੁਣ ਤੱਕ ਤਕਰੀਬਨ 2000 ਭਾਰਤ ਦਾ ਪਿੰਡ ਜਿਹੜਾ ਡਿਵੈਲਪ ਹੋ ਜਾਣਾ ਚਾਹੀਦਾ ਸੀ, ਪਰ ਅਜੇ ਤੱਕ ਹੋ ਨਹੀਂ ਸਕਿਆ। ਅੱਜ ਆਪਾਂ ਗੱਲ ਕਰਦੇ ਹਾਂ ਵਿਜੇ ਸਾਂਪਲਾ ਸਾਹਿਬ ਦੀ, ਕਿਉਂਕਿ ਵਿਜੇ ਸਾਂਪਲਾ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਨੇ ਅਹੁਦੇ ਦੇ ਤੌਰ ਤੇ ਵੀ। ਉਹਨਾਂ ਨੇ ਹਲਕਾ ਮੁਕੇਰੀਆਂ ਦਾ ਸਰਹੱਦੀ ਪਿੰਡ ਸੀ ਬੁੱਢਾ ਬਲਾਕ ਹਾਜ਼ੀਪੁਰ, 4500 ਵੋਟਾਂ ਉਹਨੂੰ ਗੋਦ ਲਿਆ ਸੀ। ਇੱਕ ਪਾਸਾ ਇਸ ਪਿੰਡ ਦਾ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਿਸੇ ਵੇਲੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵਪਾਰ ਦੀ ਬਹੁਤ ਵੱਡੀ ਹੱਬ ਬਣਿਆ ਰਿਹਾ, ਇਹ ਜਿਹੜਾ ਪਿੰਡ ਹੈ ਬੁੱਢਾਬੜ ਇਸ ਵੇਲੇ ਬਹੁਤ ਵੱਡੀ ਬੇਰੁਖੀ ਦਾ ਸ਼ਿਕਾਰ ਹੈ। ਸੁਖਨੈਬ ਜੀ ਦੇਖੋ, 2014 ਦੇ ਵਿੱਚ ਇਹ ਪਿੰਡ ਗੋਦ ਲਿਆ ਸੀ ਤੇ ਅੱਜ 4 ਸਾਲ ਹੋ ਗਏ, ਕਿੰਨੀ ਵਿਕਾਸ ਦੀ ਗਤੀ ਤੇਜ਼ ਹੈ ਦੱਸਦਾ। ਸਭ ਤੋਂ ਪਹਿਲਾਂ ਤਾਂ ਪਿੰਡ ਦੇ ਵਿੱਚ ਥਾਂ ਥਾਂ ਦੇ ਉੱਤੇ ਗੰਦਗੀ ਦੇ ਢੇਰ ਲੱਗੇ ਹੋਏ ਨੇ, ਚੁੱਕਣ ਦਾ ਪ੍ਰਬੰਧ ਕੋਈ ਨਹੀਂ। ਦੂਸਰੇ ਪਾਸੇ ਮਾਲ ਮਹਿਕਮੇ ਦੇ ਰਿਕਾਰਡ ਦੇ ਵਿੱਚ 24 ਫੁੱਟ 5 ਕਰਮ ਚੌੜਾ ਨਾਲਾ ਜਿਹਦੇ ਉੱਤੇ ਰਸੂਖਦਾਰਾਂ ਨੇ ਕਬਜ਼ਾ ਕੀਤਾ ਹੋਇਆ, ਇਹ ਆਦਰਸ਼ ਪਿੰਡ ਹੈ। ਤੀਸਰੇ ਪਾਸੇ ਪੀਣ ਵਾਲੇ ਪਾਣੀ ਦਾ ਇੱਥੇ ਕੋਈ ਪ੍ਰਬੰਧ ਨਹੀਂ। ਚੌਥੇ ਪਾਸੇ ਪਿੰਡ ਦੇ ਵਿੱਚ ਇੱਕ ਸੁਤੰਤਰਤਾ ਸੈਨਾਨੀ ਨੇ ਬਿਆਸ ਦੇਵ ਤੇ ਦੂਜੇ ਕਾਰਗਿਲ ਦੇ ਸ਼ਹੀਦ ਨੇ ਵਿਪਨ ਠਾਕੁਰ, ਇਹਨਾਂ ਦੋਵਾਂ ਦੇ ਘਰ ਨੂੰ ਜਿਹੜੀ ਸੜਕ ਜਾਂਦੀ ਹੈ ਕੱਚੀ ਹੈ ਟੁੱਟੀ ਹੈ ਤੇ ਤੁਸੀਂ ਗੋਡਿਆਂ ਤੱਕ ਪਜਾਮਾ ਤਾਂ ਚੱਕੋਗੇ ਤਾਂ ਫੇਰ ਹੀ ਤੁਸੀਂ ਘਰ ਤੱਕ ਅੱਪੜ ਸਕਦੇ ਆ, ਨਹੀਂ ਤਾਂ ਨਹੀਂ ਅੱਪੜ ਸਕਦੇ। ਇਹਦੇ ਨਾਲ ਨਾਲ ਜਦੋਂ ਵਿਜੇ ਸਾਂਪਲਾ ਸਾਹਿਬ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ ਪਿੰਡ ਗੋਦ ਲਿਆ ਤੇ ਜਦੋਂ ਤੁਸੀਂ ਪਿੰਡ ਗੋਦ ਲਿਆ ਤੇ ਪਿੰਡ ਦੇ ਹਾਲਾਤ ਇੰਨੇ ਮਾੜੇ ਕਿਉਂ ਆ, ਨਾ ਪੀਣ ਵਾਲਾ ਪਾਣੀ, ਨਾ ਸੜਕਾਂ ਠੀਕ, ਨਾ ਕੁਝ ਵੀ ਠੀਕ? ਉਹ ਕਹਿੰਦੇ ਇੱਦਾਂ ਦੀ ਗੱਲ ਨਹੀਂ, ਇਸ ਯੋਜਨਾ ਨੂੰ ਕਹਿੰਦੇ ਅਸਲ ਦੇ ਵਿੱਚ ਗਲਤ ਢੰਗ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਮੀਡੀਆ ਤੋੜਦਾ ਮਰੋੜਦਾ। ਉਹ ਕਹਿੰਦੇ ਕਿ ਅਸਲ ਦੇ ਵਿੱਚ ਹੈ ਕੀ? ਉਹ ਕਹਿੰਦੇ ਅਸੀਂ ਇਹ ਥੋੜਾ ਕਿ ਸਾਰੀ ਉਮਰ ਇੱਕੋ ਪਿੰਡ ਦਾ ਵਿਕਾਸ ਕਰੀ ਜਾਣਾ, ਅਸੀਂ ਹੋਰ ਪਾਸੇ ਵੀ ਗ੍ਰਾਂਟਾਂ ਦੇਣੀਆਂ, ਪਰ ਉਹ ਕਹਿੰਦੇ ਅਸਲ ਦੇ ਵਿੱਚ ਤਾਂ ਪ੍ਰੇਰਣਾ ਦੇਣੀ ਸੀ ਕਿ ਭਾਈ ਆ ਦੇਖੋ ਇੰਨੇ ਪੈਸੇ ਚੱਕੋ ਤੇ ਆਪੇ ਸਾਰਾ ਕੰਮ ਕਰ ਕਰੋ ਤੇ ਠੀਕ ਠਾਕ ਆ। ਤੇ ਇੱਥੋਂ ਤੱਕ ਵੀ ਸਾਂਪਲਾ ਸਾਹਿਬ ਨੇ ਕਹਿਤਾ ਕਿ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਜਿੰਨੇ ਟੀਚੇ ਸੀ ਪਿੰਡ 'ਚ ਮੈਂ ਤਾਂ ਪਹਿਲੇ ਪੂਰੇ ਕਰਤੇ। ਸੁਖਨੈਬ ਜੀ ਮੈਂ ਹੈਰਾਨ ਆ, ਜਿਹੜੇ ਪਿੰਡ ਦੀਆਂ ਸੜਕਾਂ ਟੁੱਟੀਆਂ, ਜਿਹੜੇ ਪਿੰਡ 'ਚ ਗੰਦਗੀ ਦੇ ਢੇਰ ਆ, ਇਹਦੇ ਨਾਲ ਨਾਲ ਜਿਹੜੇ ਪਿੰਡ ਦੇ ਨਾਲਿਆਂ ਦੇ ਉੱਤੇ ਵੀ ਨਜਾਇਜ਼ ਕਰਜ਼ਾ ਹੋਇਆ, ਤੇ ਜੇ ਉਸ ਪਿੰਡ ਦੇ ਬਾਬਤ ਵੀ ਇੱਕ ਮੈਂਬਰ ਪਾਰਲੀਮੈਂਟ ਆਖੀ ਜਾ ਕੇ ਭਾਈ ਮੈਂ ਤਾਂ ਉੱਥੇ ਟੀਚੇ ਪੂਰੇ ਕਰ ਲਿਆ, ਸੁਖਨੈਬ ਜੀ ਦੇ ਟੀਚੇ ਕਿਤੇ ਹੋਰ ਪਿੰਡ 'ਚ ਟੀਚੇ ਪੂਰੇ ਸਾਨੂੰ ਵੀ ਰੱਖਣਾ ਜੀ। ਸੁਭਾਸ਼ ਸਾਹਿਬ ਅਗਲੀ ਖਬਰ ਤੇ ਪਾਇਓ ਜੀ ਝਾਤ। ਸਟਾਫ ਦੀ ਕਮੀ ਦਾ ਸ਼ਿਕਾਰ ਹੈ ਜੀ, ਕਹਿੰਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਤੇ ਫਿਰ ਕੰਨ ਸਿੰਘ ਪੰਨੂ ਹੋਰੇ ਲੈ ਨਹੀਂ ਰਹੇ ਉਹ ਜਿਹੇ ਐਕਸ਼ਨ ਜਿਹੋ ਜਾਣ ਦੀ ਜ਼ਰੂਰਤ ਹੈ?
ਮੈਂ ਜੀ ਆਪਾਂ ਪੰਨੂ ਸਾਹਿਬ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ। ਕਾਹਨ ਸਿੰਘ ਪੰਨੂ ਹੋਰਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਦਫ਼ਤਰਾਂ ਦੇ ਕਰਮਚਾਰੀ ਤੇ ਅਧਿਕਾਰੀ ਕਹੀ ਜਾਂਦੇ ਨੇ ਕਿ ਬੰਦੀ ਬੜੇ ਘੱਟ ਆ, ਤੁਸੀਂ ਕੀ ਕਰਦੇ ਹੋ? ਕਹਿੰਦੇ ਮੈਂ ਤਕਰੀਬਨ ਹਰ ਦੂਸਰੇ ਤੀਸਰੇ ਵੀ ਪੰਜਾਬ ਦੀ ਸਰਕਾਰ ਨੂੰ ਚਿੱਠੀ ਲਿਖ ਦਿੰਦਾ ਕਿ ਸਾਡੇ ਐਸ ਐਸ ਜ਼ਿਲ੍ਹੇ ਦੇ ਵਿੱਚ ਇੰਨੇ ਕਰਮਚਾਰੀਆਂ ਦੀਆਂ ਪੋਸਟਾਂ ਨੇ ਇੰਨੀਆਂ ਭਰੀਆਂ ਤੇ ਇੰਨੀਆਂ ਖਾਲੀ, ਜਿੰਨੀ ਛੇਤੀ ਹੋ ਸਕਦਾ ਸਾਨੂੰ ਕਰਮਚਾਰੀ ਤੇ ਅਧਿਕਾਰੀ ਦਿੱਤੇ ਜਾਣ, ਜਿਹਦੇ ਨਾਲ ਕਿ ਅਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੰਮ ਜਿਹੜਾ ਬੜੇ ਆਰਾਮ ਦੇ ਨਾਲ ਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਚਲਾ ਸਕੀਏ। ਚੰਗੀ ਗੱਲ ਹੈ ਪੰਨੂ ਸਾਹਿਬ ਕਹਿੰਦੇ ਕਿ ਮੈਂ ਕਿਹਾ ਪਰ ਅਜੇ ਤੱਕ ਕਿਸੇ ਨੇ ਇਧਰਲੇ ਪਾਸੇ ਧਿਆਨ ਨਹੀਂ ਦਿੱਤਾ। ਦੂਸਰੀ ਗੱਲ ਇਹ ਸੁਖਰਾਜ ਜੀ, ਇਸ ਵੇਲੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚਰਚਾ ਦੇ ਵਿੱਚ ਹੈ, ਕਦੇ ਬੁਲਟ ਦੇ ਪਟਾਕੇ ਮੱਠੇ ਕਰਾਉਣ ਦੇ ਰੂਪ ਚ, ਕਦੇ ਬੱਸਾਂ ਤੇ ਟਰੱਕਾਂ ਦੇ ਉੱਤੇ ਲੱਗੇ ਹੋਏ ਪ੍ਰੈਸ਼ਰ ਹੌਰਨ ਲਾਹੌਰ ਦੇ ਰੂਪ ਚ, ਕਦੇ ਉਹਨਾਂ ਕੰਬਾਈਨਾਂ ਦੇ ਉੱਤੇ ਸਖਤੀ ਕਰਨ ਦੇ ਰੂਪ ਦੇ ਵਿੱਚ, ਜਿਹੜੀਆਂ ਕੰਬਾਈਨਾਂ ਦੇ ਉੱਤੇ ਐਸ ਐਲ ਐਸ ਸਿਸਟਮ ਜਿਹੜਾ ਸੁਪਰ ਸਟਰਾਸ ਸਿਸਟਮ ਜਿਹੜਾ ਨਹੀਂ ਲੱਗਿਆ ਹੋਇਆ, ਜਿਹੜੇ ਕਣਕ ਨੂੰ ਵੱਢਣ ਦੇ ਨਾਲ ਨਾਲ ਝੋਨੇ ਨੂੰ ਵੱਢਣ ਦੇ ਨਾਲ ਨਾਲ ਛੋਟਾ ਛੋਟਾ ਕੁਤਰਾ ਪਰਾਲੀ ਦਾ ਨਹੀਂ ਕਰਦੇ। ਹੁਣ ਆਪਣੇ ਆਪ ਵਿੱਚ ਕਾਹਨ ਸਿੰਘ ਪੰਨੂ ਸਾਹਿਬ ਦੀਆਂ ਸਰਗਰਮੀਆਂ ਬਹੁਤ ਨੇ, ਪਰ ਇਹ ਗੱਲ ਪੱਕੀ ਹੈ ਕਿ ਸਭ ਤੋਂ ਵੱਡਾ ਜਿਹੜਾ ਫੇਲੀਅਰ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ, ਉਹ ਹੈਗਾ ਕਰਮਚਾਰੀਆਂ ਦੀ ਘਾਟ। ਸੁਖਨੈਬ ਜੀ, ਜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੋਲ ਪ੍ਰੋਪਰ ਗਿਣਤੀ ਦੇ ਵਿੱਚ ਕਰਮਚਾਰੀ ਹੋਣ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮੇਂ ਸਿਰ ਹੱਲ ਵੀ ਹੋ ਸਕਦੀਆਂ। ਹੁਣ ਆਪਾਂ ਜਲੰਧਰ ਜ਼ਿਲ੍ਹੇ ਨੂੰ ਅੰਗ ਸੰਗ ਰੱਖ ਕੇ ਸਾਰੀ ਗੱਲ ਪੰਜਾਬ ਦੀ ਸਪਸ਼ਟ ਕਰਨੀ ਆ। ਜਲੰਧਰ ਦੇ ਵਿੱਚ ਪੰਜ ਹੀ ਬੰਦੇ ਨੇ ਕੋਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੋਲ। ਸੁਖਨੈਬ ਜੀ, ਉਹਨਾਂ ਪੰਜਾਂ ਬੰਦਿਆਂ ਦੇ ਉੱਤੇ ਕੰਮ ਕਿੰਨਾ? 10,000 ਤੋਂ ਵੱਧ ਫੈਕਟਰੀਆਂ ਨੇ, ਕਿਉਂਕਿ ਜਲੰਧਰ ਦੇ ਨਾਲ ਨਾਲ ਇਹਨਾਂ ਨੂੰ ਕਪੂਰਥਲੇ ਦਾ ਕੰਮ ਵੀ ਵੇਖਣਾ ਪੈਂਦਾ। ਪੰਜ ਬੰਦੇ, 10,000 ਫੈਕਟਰੀਆਂ, ਫੈਕਟਰੀਆਂ ਦਾ ਦੇਖਣਾ ਕੀ ਹੈ ਕਿ ਕੈਮੀਕਲ ਯੁਕਤ ਵੇਸਟ ਪਾਣੀ ਜਿਹੜਾ, ਉਹ ਵੇਸਟ ਪਾਣੀ ਜਿਹੜਾ ਕੈਮੀਕਲ ਯੁਕਤ ਹੈ, ਕਿਤੇ ਸਿੱਧਾ ਡਰੇਨ ਕਰਕੇ ਉਹਨੂੰ ਚੋ ਦੇ ਵਿੱਚ ਤਾਂ ਨਹੀਂ ਪਾਈ ਜਾਂਦੇ, ਨਹਿਰ ਦੇ ਵਿੱਚ ਤਾਂ ਨਹੀਂ ਪਾਈ ਜਾਂਦੇ, ਅੱਗੋਂ ਜਾ ਕੇ ਕਿਤੇ ਉਹ ਦਰਿਆ ਦੇ ਵਿੱਚ ਮਿਕਸ ਤਾਂ ਨਹੀਂ ਹੋਈ ਜਾਂਦਾ। ਹੁਣ 10,000 ਫੈਕਟਰੀਆਂ ਦੇ ਉੱਤੇ ਪੰਜ ਬੰਦੇ ਕਿਵੇਂ ਨਜ਼ਰ ਰੱਖਣਗੇ, ਬਹੁਤ ਵੱਡਾ ਸਵਾਲ ਹੈ। ਇਹਦੇ ਤੋਂ ਇਲਾਵਾ 350 ਤੋਂ ਵੱਧ ਹਸਪਤਾਲ ਹੈ, ਤਕਰੀਬਨ 3,00,000 ਹੈਕਟੇਅਰ ਜਿਹੜਾ ਖੇਤੀਬਾੜੀ ਯੋਗ ਜ਼ਮੀਨ ਹੈ, ਇੱਥੇ ਸਾਰਿਆਂ ਦੇ ਵਿੱਚ ਪ੍ਰਦੂਸ਼ਣ ਰੋਕਣਾ ਤੇ ਪ੍ਰਦੂਸ਼ਣ ਰੋਕਣ ਦੀ ਜ਼ਿੰਮੇਵਾਰੀ ਜਿਹੜੀ ਹੈ ਜਾਂ ਤਾਂ ਕਾਹਨ ਸਿੰਘ ਪੰਨੂ ਸਾਹਿਬ ਦੀ ਹੈ ਤੇ ਜਾਂ ਉਹਨਾਂ ਦੇ ਵਿਭਾਗ ਦੇ ਜਿਹੜੇ ਬਾਕੀ ਅਧਿਕਾਰੀ ਨੇ ਇਹਨਾਂ ਦੀ ਹੈ। ਜੇ ਤਾਂ ਭਾਈ ਕੋਈ ਬੰਦਾ ਸੁਪਰ ਪਾਵਰ ਹੋਵੇ ਫਿਰ ਤਾਂ ਸਾਰੇ ਕੰਮ ਦੇ ਉੱਤੇ ਨਜ਼ਰ ਰੱਖ ਸਕਦਾ, ਨਹੀਂ ਤਾਂ ਨਜ਼ਰ ਰੱਖੀ ਹੋਈ ਨਹੀਂ ਜਾ ਸਕਦੀ। ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ 1974 ਦੇ ਵਿੱਚ ਸੁਖਨੈਬ ਜੀ ਪੰਜਾਬ ਚ ਇੱਕ ਵਾਟਰ ਐਕਟ ਬਣਿਆ ਸੀ, 75 ਦੇ ਵਿੱਚ ਯਾਨੀ 1 ਸਾਲ ਬਾਅਦ ਫਿਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਗਠਨ ਕੀਤਾ ਗਿਆ ਕਿ ਭਾਈ ਪੰਜਾਬ ਦੇ ਕੋਲ ਪਾਣੀ ਤਾਂ ਬਹੁਤ ਹੈ, ਨਹਿਰਾਂ ਦਾ, ਦਰਿਆਵਾਂ ਦਾ, ਚੋਹਾਂ ਦਾ, ਕਿਉਂਕਿ ਉਦੋਂ ਸਾਰਾ ਕੁਝ ਚੱਲਦਾ ਹੀ ਹੁੰਦਾ ਸੀ। ਪਰ ਇਹ ਵੀ ਗੱਲ ਆਖ ਦਿੱਤੀ ਗਈ ਕਿ ਅੱਜ 43 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਵਾਟਰ ਐਕਟ ਸਾਡਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਲਾਗੂ ਨਹੀਂ ਕਰ ਸਕਿਆ, ਕਿਉਂਕਿ ਉਸ ਵਾਟਰ ਐਕਟ ਦੇ ਤਹਿਤ ਜਿਹੜੀਆਂ ਫੈਕਟਰੀਆਂ, ਜਿਹੜੇ ਉਦਯੋਗ ਕੈਮੀਕਲ ਯੁਕਤ ਗੰਦਾ ਪਾਣੀ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਕੁਦਰਤੀ ਪਾਣੀ ਦੇ ਵਹਾਅ ਦੇ ਵਿੱਚ ਸ਼ਾਮਿਲ ਕਰ ਦਿੰਦੇ ਹੈ, ਉਹਨਾਂ ਦੇ ਖਿਲਾਫ਼ ਕਾਰਵਾਈ ਕਰਕੇ ਕੰਮ ਕਰਨ ਤੋਂ ਰੋਕਣਾ ਸੀ, ਪਰ ਅੱਜ ਤੱਕ ਭੋਰਾ ਵੀ ਇਸ ਮੁੱਦੇ ਦੇ ਉੱਤੇ ਸਰਗਰਮੀ ਜਿਹੜੀ ਹੈ ਉਹ ਮਿੱਥ ਕੇ ਹੋਈ ਹੋਈ ਨਹੀਂ। ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਜੇ ਤਾਂ ਸਾਡੀਆਂ ਸਰਕਾਰਾਂ ਚਾਹੁੰਦੀਆਂ ਕਿ ਅਸੀਂ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਜਿਹੜੀਆਂ ਉਹਨਾਂ ਨੂੰ ਨੌਕਰੀਆਂ ਦੇਣੀਆਂ, ਜੇ ਸਾਡੀਆਂ ਸਰਕਾਰਾਂ ਚਾਹੁੰਦੀਆਂ ਕਿ ਭਾਈ ਅਸੀਂ ਹਰ ਉਹ ਢੰਗ ਤਰੀਕਾ ਜਿਹੜਾ ਕਿ ਪ੍ਰਦੂਸ਼ਣ ਕੰਟਰੋਲ ਕਰਨ ਦੇ ਲਈ ਵਰਤਿਆ ਜਾਣਾ ਚਾਹੀਦਾ, ਅਸੀਂ ਉਹ ਸਾਰਾ ਢੰਗ ਤਰੀਕਾ ਵਰਤਣਾ, ਫਿਰ ਤਾਂ ਹੋ ਸਕਦਾ ਕਿਤੇ ਨਾ ਕਿਤੇ ਮਾੜਾ ਮੋਟਾ ਸਿਸਟਮ ਠੀਕ ਹੋ ਜਾਏ, ਨਹੀਂ ਤਾਂ ਭਾਈ 100-100 ਪਿੰਡ ਹੁੰਦਾ, ਇੱਕ ਇੱਕ ਅਧਿਕਾਰੀ ਦੇ ਕੋਲ ਕਿੱਥੇ ਕਿੱਥੇ ਇੱਦਾਂ ਲਾਈਆਂ ਜਾ ਰਹੀਆਂ ਤੇ ਕਿੱਥੇ ਨਹੀਂ, ਉਹਨੂੰ ਫਿਰ ਧੂਆਂ ਹੱਥਾਂ ਤੋਂ ਨਜ਼ਰ ਨਹੀਂ ਆ ਸਕਦਾ। ਜੀ ਵਟਸਐਪ ਇੱਕ ਬ੍ਰੇਕ ਲੈ ਲਿਆ ਜੀ ਛੋਟੀ ਜੀ। ਜੀ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਕਰਦੇ ਹਾਂ ਸਵਾਗਤ। ਤੇ ਵਾਰ ਸਾਹਿਬ, ਛੋਟੇਪੁਰ ਨੇ ਵੀ ਕੈਪਟਨ ਸਰਕਾਰ ਦੇ ਉੱਤੇ ਨਿਸ਼ਾਨਾ ਲਾਤਾ ਜੀ, ਲੱਗ ਗਿਆ ਟਿਕਾਣੇ ਤੇ? ਸੁਖਨੈਬ ਜੀ, ਨਿਸ਼ਾਨਾ ਅੱਜ ਛੋਟੇਪੁਰ ਸਾਹਿਬ ਨੇ ਛੋਟਾ ਨਹੀਂ ਵੱਡਾ ਲਾਇਆ ਜੀ। ਹੁਣ ਪੱਤਰਕਾਰ ਭਾਈਚਾਰਾ ਪੁੱਛਣ ਲੱਗ ਪਿਆ ਕਿ ਛੋਟੇਪੁਰ ਸਾਹਿਬ ਪਹਿਲਾਂ ਤੁਸੀਂ ਚੁੱਪ ਕਰਕੇ ਬਹਿ ਗਏ ਸੀ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਬਾਅਦ, ਹੁਣ ਥੋੜੇ ਥੋੜੇ ਸਰਗਰਮ ਹੋਈ ਜਾਂਦੇ। ਉਹ ਕਹਿੰਦੇ ਕੀ ਕਰੀਏ, ਸਰਗਰਮ ਹੋਣਾ ਪੈਣਾ, ਪੰਜਾਬ ਦੇ ਲੋਕਾਂ ਦਾ ਮੋਹ ਤੇ ਜਿਹੜਾ ਆ ਘਰੇ ਨਹੀਂ ਬਹਿਣ ਦਿੰਦਾ।
ਸਰਕਾਰ ਦੇ ਬਾਰੇ ਸਵਾਲ ਪੁੱਛ ਲਿਆ। ਉਹ ਕਹਿੰਦੇ ਸਰਕਾਰ ਦਾ ਕੀ ਦੱਸਾਂ, ਪਿਛਲੀ ਸਰਕਾਰ ਦੇ ਵਿੱਚ ਵੀ ਰੇਤਾ ਬਜਰੀ ਮਹਿੰਗੀ ਵਿਕੀ ਜਾਂਦੀ ਸੀ, ਕਪਤਾਨ ਸਾਹਿਬ ਤੋਂ ਵੀ ਕੰਟਰੋਲ ਨਹੀਂ ਕਰ ਹੋਈ। ਨਸ਼ਾ ਕਹਿੰਦੇ ਪਹਿਲਾਂ ਵਾਂਗੂ ਚੱਲੀ ਜਾਂਦਾ ਤੇ ਅਫਸਰਸ਼ਾਹੀ ਜਿਹੜੀ ਹੈ ਬੇਲਗਾਮ ਹੋਈ ਪਈ ਆ। ਮੈਨੂੰ ਤਾਂ ਕਹਿੰਦੇ ਐਤਕੀ ਸਮਝ ਨਹੀਂ ਆਉਂਦੀ ਕਿ ਕਪਤਾਨ ਸਾਹਿਬ ਦੇ ਵਿੱਚ ਪੁਰਾਣਾ ਰੂਪ ਜਿਹੜਾ ਨਜ਼ਰ ਕਿਉਂ ਨਹੀਂ ਆਉਂਦਾ। ਚਲੋ ਛੋਟੇ ਸਾਹਿਬ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇ ਸਰਕਾਰ ਇਸੇ ਰੀਹ ਦੇ ਉੱਤੇ ਚੱਲਦੀ ਰਹੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਫੇਲ ਸਾਬਿਤ ਹੋ ਜੂ। ਹਾਲਾਂਕਿ ਸੁੱਚਾ ਸਿੰਘ ਛੋਟੇਪੁਰ ਦਾ ਪੰਜਾਬ ਦੀ ਸੂਬਾ ਸਰਕਾਰ ਦੇ ਉੱਤੇ ਨਿਸ਼ਾਨਾ ਲਾਉਣਾ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਅਜੀਬ ਲੱਗ ਰਿਹਾ ਹੋਏਗਾ, ਕਿਉਂਕਿ ਜਿਸ ਵੇਲੇ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਤੋਂ ਬਾਹਰ ਹੋ ਕੇ ਆਪਣਾ ਪੰਜਾਬ ਪਾਰਟੀ ਬਣਾਉਂਦੇ ਹੈ, ਵਿਧਾਨ ਸਭਾ ਦੀਆਂ ਚੋਣਾਂ ਲੜਦੇ ਹੈ, ਜਿਸ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ 2014 ਦੇ ਵਿੱਚ ਉਹਨਾਂ ਨੂੰ 2.25 ਲੱਖ ਵੋਟਾਂ ਪਈਆਂ ਸੀ, ਉਸੇ ਗੁਰਦਾਸਪੁਰ ਵਿਧਾਨ ਸਭਾ ਹਲਕੇ 'ਚ ਉਹਨਾਂ ਨੂੰ 2,1800 ਵੋਟਾਂ ਪਈਆਂ। ਤੇ ਬਾਅਦ ਵਿੱਚ ਜਦੋਂ ਜ਼ਿਮਨੀ ਚੋਣ ਆਉਂਦੀ ਹੈ ਵੱਡੀ ਪੱਧਰ ਦੇ ਉੱਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੁੰਦਾ ਕਿ ਸੁੱਚਾ ਸਿੰਘ ਛੋਟੇਪੁਰ ਅੱਜ ਵੀ ਤਿਲਕ ਕੇ ਕਾਂਗਰਸ 'ਚ ਗਿਆ ਤੇ ਅੱਜ ਵੀ ਗਏ, ਪਰ ਗਏ ਨਹੀਂ, ਬੈਠੇ ਰਹੇ ਪਰ ਗੈਰ ਸਰਗਰਮ ਰਹੇ। ਪਰ ਹੁਣ 3-4 ਤੱਤੀਆਂ ਘਟਨਾਵਾਂ ਪੰਜਾਬ ਦੇ ਵਿੱਚ ਸਿਆਸੀ ਤੇ ਪੰਥਕ ਤੌਰ ਦੇ ਉੱਤੇ ਜਿੱਦਾਂ ਹੀ ਵਾਪਰੀਆਂ ਨਾਲ ਦੀ ਨਾਲ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਵੱਡੀ ਰੇਸ ਦੇ ਦਿੱਤੀ। ਘਟਨਾਵਾਂ ਕਿਹੜੀਆਂ ਵਾਪਰੀਆਂ? ਅਰਵਿੰਦ ਕੇਜਰੀਵਾਲ ਹੋਰਾਂ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਾਹਿਬ ਤੋਂ ਮਾਫ਼ੀ ਮੰਗ ਲਈ ਨਸ਼ੇ ਦੇ ਮੁੱਦੇ ਤੇ ਜਦੋਂ ਮਾਫ਼ੀ ਮੰਗ ਲਈ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ 2 ਬਰਾਬਰ ਦੇ ਹਿੱਸਿਆਂ ਦੇ ਵਿੱਚ ਵੰਡੀ ਗਈ, ਭਾਵੇਂ ਅੰਦਰ ਖਾਤੇ ਵੰਡੀ ਗਈ ਤੇ ਭਾਵੇਂ ਸਾਹਮਣੇ ਤੌਰ ਤੇ ਵੰਡੀ ਗਈ। ਇਹਦੇ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਤੋੜ ਵਿਛੋੜਾ ਕੀਤਾ, ਇਹ ਆਖ ਦਿੱਤਾ ਕਿ ਭਾਈ ਅਸੀਂ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਹਮਖਿਆਲੀ ਪਾਰਟੀਆਂ ਦੇ ਨਾਲ ਰਲ ਕੇ ਲੜਨੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜਨੀਆਂ। ਉਹਨੇ ਵੀ ਪੰਜਾਬ ਦੇ ਸਿਆਸੀ ਪਾਣੀਆਂ ਛਲਚਲ ਮਚਾਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਬਾਬਾ ਸਰਬਜੋਤ ਸਿੰਘ ਬੇਦੀ ਹੋਰਾਂ ਦੀ ਅਗਵਾਈ ਦੇ ਵਿੱਚ ਜਿਵੇਂ ਇੱਕ ਪੰਥਕ ਧਿਰਾ ਬਣਾ ਲਿਆ ਉਹਦੇ ਕਰਕੇ ਵੀ ਰੌਲਾ ਪਿਆ। ਡਾਕਟਰ ਧਰਮਵੀਰ ਗਾਂਧੀ ਹੋਰਾਂ ਦਾ ਪੰਜਾਬ ਮੰਚ ਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰ ਲਈਏ ਤਾਂ ਇਸ ਵੇਲੇ ਉਹ ਸਾਰੇ ਲੋਕ ਜਿਹੜੇ ਨਾ ਅਕਾਲੀ ਭਾਜਪਾ ਨੂੰ ਪਸੰਦ ਕਰਦੇ ਆ ਨਾ ਆਪ ਨੂੰ ਤੇ ਨਾ ਉਹ ਪਸੰਦ ਕਰਦੇ ਆ ਕਾਂਗਰਸ ਨੂੰ, ਉਹਨਾਂ ਨੇ ਵੀ ਕਿਸੇ ਨਾ ਕਿਸੇ ਪਾਸੇ ਢੋ ਮੇਲਾ ਜਿਹਾ ਆਪਣਾ ਬਣਾਉਣਾ। ਹੁਣ ਇਹ ਸਾਰੀਆਂ ਧਿਰਾਂ ਦੀਆਂ ਸਰਗਰਮੀਆਂ ਦੇ ਵਿੱਚ ਆਪਣਾ ਪੰਜਾਬ ਪਾਰਟੀ ਦੀ ਡਫਲੀ ਦੀ ਆਵਾਜ਼ ਵੀ ਜਿਹੜੀ ਹੈ ਪੰਜਾਬ ਦੇ ਲੋਕਾਂ ਨੂੰ ਹੌਲੀ ਹੌਲੀ ਸੁਣਾਈ ਦੇਣ ਲੱਗ ਪਈ। ਹੋ ਸਕਦਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਕਿਸੇ ਪਾਸੇ ਸੁਨੇਹਾ ਇੱਦਾਂ ਦਾ ਵੀ ਆਇਆ ਹੋਵੇ ਕਿ ਛੋਟੇਪੁਰ ਸਾਹਿਬ ਤੁਸੀਂ ਸਾਡੇ 'ਚ ਆ ਕੇ ਕੀ ਕਰਨਾ, ਤੁਸੀਂ ਆਪਣਾ ਵੱਖਰਾ ਵਿੰਗ ਬਣਾ ਕੇ ਰੱਖੋ, ਵੱਖਰੀ ਪਾਰਟੀ ਬਣਾ ਕੇ ਰੱਖੋ, ਸਾਡੇ 'ਚੋਂ 4 ਵੋਟਾਂ ਜੇ ਗੁੱਸੇ ਹੋ ਕੇ ਜਾਣਗੀਆਂ ਤਾਂ ਜੇ ਉਹਨਾਂ ਦੇ ਵਿੱਚੋਂ ਇੱਕ ਵੀ ਤੁਹਾਨੂੰ ਪੈ ਗਈ ਤਾਂ ਸਾਨੂੰ ਲਾਭ ਹੀ ਹੈ। ਹੁਣ ਵੇਖਦੇ ਹਾਂ ਕਿ ਸੁੱਚਾ ਸਿੰਘ ਛੋਟੇਪੁਰ ਇੰਨੀਆਂ ਵੱਡੀਆਂ ਸਰਗਰਮੀਆਂ ਦੀ ਦੌੜ ਦੇ ਵਿੱਚ ਆਪਣੇ ਘੋੜੇ ਨੂੰ ਕਦੋਂ ਤੱਕ ਭਜਾਉਣ ਦੇ ਵਿੱਚ ਕਾਮਯਾਬ ਰਹਿੰਦੇ ਹੈ, ਪਰ ਲੱਗਦਾ ਹੈ ਕਿ ਲੋਕ ਸਭਾ ਦੀ ਚੋਣ ਉਹ ਕੁਝ ਇੱਕ ਹਮਖਿਆਲੀ ਪਾਰਟੀਆਂ ਦੇ ਨਾਲ ਰਲ ਕੇ ਇੱਕ ਵਾਰੀ ਫਿਰ ਲੜਨਗੇ ਜ਼ਰੂਰ ਜੀ। ਸੋ ਚੰਗੀ ਗੱਲ ਹੈ ਜੀ, ਲੜਦੇ ਰਹਿਣ ਤੇ ਕੁਛ ਨਾ ਕੁਛ ਆਊਟਪੁੱਟ ਸਾਹਮਣੇ ਆ ਸਕਦੀ ਹੈ। ਸਾਕਸ਼ੀ ਮਹਾਰਾਜ ਫੇਰ ਆ ਗਿਆ ਜੀ ਵਿਵਾਦਾਂ ਚ, ਵੈਸੇ ਤਾਂ ਟਿਕ ਕੇ ਬਹਿਣਾ ਨਹੀਂ ਹੁੰਦਾ, ਹੁਣ ਕੀ ਮਾਮਲਾ ਹੈ? ਇਹ ਸੁਖਨਾਬ ਜੀ, ਕਈ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ, ਹੈਗੇ ਸਾਧ ਨੇ, ਕੰਮ ਸਾਧਾਂ ਵਾਲੇ ਹੈ ਨਹੀਂ। ਵੈਸੇ ਤਾਂ ਕਹਿੰਦੇ ਹੁੰਦੇ ਆ ਕਿ ਸਾਧਾਂ ਨੂੰ ਕੀ ਸਵਾਦਾਂ ਨਾ, ਪਰ ਇਹਨਾਂ ਨੂੰ ਰਾਜਨੀਤੀ ਦਾ ਸਵਾਦ ਬਹੁਤ ਪਿਆ ਹੋਇਆ ਤੇ ਰਾਜਨੀਤੀ ਦਾ ਸਵਾਦ ਪਤਾ ਨੀ ਭਾਰਤ ਦੇ ਲੋਕਾਂ ਨੂੰ ਮਹਿੰਗਾ ਪੈ ਜਾਣਾ ਜਾਂ ਇਹਨਾਂ ਨੂੰ ਮਹਿੰਗਾ ਪੈ ਜਾਣਾ ਆਉਣ ਵਾਲਾ ਸਮਾਂ ਦੱਸੂ। ਇੱਕ ਆਪਣੇ ਕੋਲ ਬੀਬੀ ਉਮਾ ਭਾਰਤੀ ਹੈ, ਬੀਬੀ ਉਮਾ ਭਾਰਤੀ ਭਾਵੇਂ ਕੱਪੜੇ ਪਾਉਂਦੀ ਹੈ, ਕੇਂਦਰ ਦੇ ਵਿੱਚ ਮਿਨਿਸਟਰ ਹੈ, ਭਾਰਤੀ ਜਨਤਾ ਪਾਰਟੀ ਦੀ ਲੀਡਰ ਹੈ ਤੇ ਉਹ ਵੀ ਬੀਬੀ ਸਾਧ ਵੀ ਹੈ। ਤੇ ਬੀਬੀ ਉਮਾ ਭਾਰਤੀ ਦੇ ਬਾਰੇ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇੱਕ ਵਾਰੀ ਮੱਧ ਪ੍ਰਦੇਸ਼ ਦੀ ਉਹ ਮੁੱਖ ਮੰਤਰੀ ਬਣਨਾ ਚਾਹੁੰਦੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ, ਇਹਨਾਂ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਬਣਾਤਾ ਤੇ ਬੀਬੀ ਉਮਾ ਭਾਰਤੀ ਗੁੱਸੇ ਹੋ ਗਈ। ਕਈ ਸਾਲ ਭਾਰਤੀ ਜਨਤਾ ਪਾਰਟੀ ਤੋਂ ਅੱਡ ਹੋ ਕੇ ਆਪਣੀ ਵੱਖਰੀ ਪਾਰਟੀ ਬਣਾ ਕੇ ਬੈਠੀ ਰਹੀ ਸੀ ਤੇ ਹੁਣ ਸਾਧ ਜੇ ਦੁਨੀਆਦਾਰੀ ਤੋਂ ਪਰੇ ਹੁੰਦੇ ਹੈ, ਉਹਨਾਂ ਨੂੰ ਕਿਸੇ ਕਿਸਮ ਦੀ ਲਾਲਸਾ ਨਹੀਂ ਹੁੰਦੀ, ਤਾਂ ਬੀਬੀ ਉਮਾ ਭਾਰਤੀ ਮੁੱਖ ਮੰਤਰੀ ਬਣਨ ਦੇ ਕਰਕੇ ਭਾਰਤੀ ਜਨਤਾ ਪਾਰਟੀ ਤੋਂ ਬੇਮਖ ਕਿਉਂ ਹੋ ਗਈ ਸੀ ਅੱਜ ਤੱਕ ਸਮਝ ਨਹੀਂ ਆਈ। ਦੂਸਰੇ ਪਾਸੇ ਇੱਕ ਇਹਨਾਂ ਦੇ ਕੋਲ ਯੋਗੀ ਆਦਿੱਤਿਆਨਾਥ ਸਾਹਿਬ ਨੇ, ਯੂਪੀ ਦੇ ਮੁੱਖ ਮੰਤਰੀ, ਉਹ ਵੀ ਭਾਵੇਂ ਕੱਪੜੇ ਪਾਉਂਦੇ ਆ ਪਰ ਇਸ ਵੇਲੇ ਸੂਬੇ ਦੇ ਵਿੱਚ ਉਹ ਟੀਸੀ ਦੇ ਉੱਤੇ ਬੈਠੇ ਹੋਏ ਨੇ। ਤੀਸਰੇ ਪਾਸੇ ਸਾਕਸ਼ੀ ਮਹਾਰਾਜ, ਸਾਕਸ਼ੀ ਮਹਾਰਾਜ ਵੀ ਸਾਧ ਨੇ, ਭਾਵੇਂ ਕੱਪੜੇ ਉਹ ਵੀ ਪਾਉਂਦੇ ਆ, ਪਰ ਇੱਕ ਗੱਲ ਜਿਹੜੀ ਚੇਤੇ ਰੱਖਣ ਵਾਲੀ ਹੈ ਸੁਖਨੈਬ ਜੀ ਕਿ ਸਾਕਸ਼ੀ ਮਹਾਰਾਜ ਉਸ ਚਰਚਿਤ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਨੇ ਜਿਸ ਚਰਚਿਤ ਲੋਕ ਸਭਾ ਹਲਕੇ ਦੇ
एक MLA जिहड़ा कि भारतीय जनता पार्टी का उन्हें अपने भरा दे नाल रल के एक 17 वरिया की अपनी गुआंढण कुड़ी दे नाल बलात्कार किया। उनाव वो इलाका वो लोग सभा हलका जिथों साक्षी महाराज होरी जिहड़े ने मैंबर पार्लीमेंट ने भारतीय जनता पार्टी के, वैसे तो वख-वख मुद्दों के उत्ते इन्हां दे बयान जिहड़े है काफ़ी प्रभावित करने वाले होंदे है कि एक धर्म विशेष के लोगों नूं किन्ने बच्चे पैदा करने चाहिए ते किन्ने बच्चे नहीं पैदा करने चाहिए, उन्हां बच्चों नूं पढ़ाउणा चाहिए कि नहीं पढ़ाउणा चाहिए, उन्हां नूं रोटियां किन्नियां देनियां चाहीदियां ते किन्नियां नहीं देनियां चाहीदियां, किहड़ा रंग भारत दे लई चंगा ते किहड़ा माड़ा, मंदिर कदों बनना ते कदों नहीं बनना, उस मंदिर दे विच पत्थर टेढ़ा लगना कि चौरस लगना, इदां दीआं गल्लां साक्षी महाराज होरी अक्सर ही करी जांदे आ। पर हुण वह मैंबर पार्लीमेंट BJP का साक्षी महाराज आपे मुसीबत फस गया। साक्षी महाराज साध बंदा ता कि वह MP बनिया होया। हुण साक्षी महाराज ने लखनऊ दे विच एक उद्घाटन किया, फीता कटिया, रीबन कटिया। सुखरैब जी उद्घाटन कहदा किया? एक नाइट क्लब से बार का हैगा बंदा, साध है, गल्लां करदा। उह सीधे तौर दे उत्ते भारत दीआं पुरातन कि भाई आह काम सानू करने चाहिए ते आह काम नहीं करने चाहिए, पर जिस तरीके दे नाल उन्हें एक नाइट क्लब ते बार दा उद्घाटन किया है, उस इलाके दीआं विरोधी पार्टियां ने तां साक्षी महाराज दी निंदा करनी करनी सी, उत्थों दी स्थानक भारतीय जनता पार्टी की इकाई भी साक्षी महाराज के खिलाफ सड़क ते आ गई कि भाई तुसीं इह कीता की। हुण साक्षी महाराज की सफाई सुन लो, वह कहिंदे जी देखो मैनूं तां पता ही नहीं सी कि इत्थे हुंदा की है, हालांकि जिथे पंजाब ने उद्घाटन किया उत्थे प्याले बड़े वधिया पाए हुए ने, उन्होंने कि भाई इतने जाम छलकने हैं इतने कई कुछ होना है, पर साक्षी महाराज होरी उसने तो हस्ते हस्ते फीता कट के जिहड़ियां फोटो खिंचवाई जांदे सी ते जदों बाद विच पत्रकारां ने घेरे कि साक्षी महाराज जी तुसीं तां साध हो, वह कहिंदे हाँ मैं साध हाँ, तो कहिंदे फिर नाइट क्लब का उद्घाटन करन दी की लोड़ सी? वह कहिंदे मैनूं तां भारतीय जनता पार्टी का सबका सूबा प्रधान रंजन सिंह यह कह के लिया सी कि पिंड जवाई का रेस्टोरेंट है तो तुसीं रेस्टोरेंट का उद्घाटन करना, ये भी गल ठीक है। जे के भारत के किसी मैंबर पार्लीमेंट नंध के उत्ते लिखा हुआ पढ़ना नहीं ना आता कि भाई जी गल का उद्घाटन कर जा रहा वह है कहदे लई, तो फिर तो भाई तुम्हें मैंबर पार्लीमेंट बनता भी कोई हक नहीं। हुण वेखदे हैं कि आने वाले दिनों के इस मुद्दे से साक्षी महाराज से भारतीय जनता पार्टी सियासी तौर के उत्ते किन्नियां कसरतां का सामना करना पैंदा है। जी ते वाट साहब अगली खबर ਇਹਦੇ ਤੇ ਵੀ ਨਜ਼ਰ ਮਾਰੀ ਹੈ। ਕਰਨਾਟਕ ਦੇ ਵਿੱਚ ਕਹਿੰਦੇ ਲੋਕ ਚੁੱਪ ਹੈ ਤੇ ਸਿਆਸੀ ਲੀਡਰ ਭੰਬਲ ਭੂਸੇ ਦੇ ਵਿੱਚ ਪਏ ਹੋਏ ਆ। ਸੁਖਨਾਬ ਜੀ, ਕਰਨਾਟਕ ਦੇ ਵਿੱਚ ਨੋਮੀਨੇਸ਼ਨ ਪੇਪਰ ਫਾਈਲ ਕਰਨ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ, ਉਹਦੇ ਤੋਂ ਬਾਅਦ ਥੋੜਾ ਜਿਹਾ ਪ੍ਰਚਾਰ, ਫਿਰ ਵੋਟਾਂ ਪੈਣੀਆਂ ਤੇ ਫਿਰ ਆ ਜਾਣਾ ਨਤੀਜਾ, ਤੇ ਫਿਰ ਪਤਾ ਲੱਗ ਜਾਣਾ ਕਿ ਕਰਨਾਟਕ ਸੂਬੇ ਦੇ ਵਿੱਚ ਅਗਲੇ 5 ਸਾਲ ਕਿਹੜੇ ਵਿਅਕਤੀ ਵਿਸ਼ੇਸ਼ ਨੇ ਮੁੱਖ ਮੰਤਰੀ ਬਣਨਾ ਤੇ ਕੈਬਨਿਟ ਮੰਤਰੀ ਬਣਨਾ ਤੇ ਕਿਹਨੇ ਕੀ ਕਰਨਾ। ਇਹ ਸਾਰੀ ਚੀਜ਼ ਜਿਹੜੀ ਹੈ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਹੈ, ਕਿਉਂਕਿ ਕਰਨਾਟਕ ਇੱਕ ਐਸਾ ਸੂਬਾ ਜਿਹਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦਾ ਬਹੁਤ ਦਾਰੋਮਦਾਰ ਟਿਕਿਆ ਹੋਇਆ। ਦਾਰੋਮਦਾਰ ਕਿਵੇਂ ਟਿਕਿਆ ਹੋਇਆ? ਦੇਖੋ, ਇਹ ਗੱਲ ਪੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਕਰਨਾਟਕ ਸੂਬੇ ਦੇ ਵਿੱਚ ਉਸ ਵੇਲੇ ਸਰਕਾਰ ਬਣਾਉਣ ਦਾ ਯਤਨ ਕਰ ਰਹੀ ਹੈ ਜਿਸ ਵੇਲੇ ਉਹ ਉੱਤਰ ਪ੍ਰਦੇਸ਼ ਦੀਆਂ ਫੂਲਪੁਰ ਤੇ ਗੋਰਖਪੁਰ ਲੋਕ ਸਭਾ ਸੀਟਾਂ ਦੀ ਜ਼ਿਮਨੀ ਚੋਣ ਹਾਰ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਕਰਨਾਟਕ ਦੇ ਸਿਆਸੀ ਮੈਦਾਨ ਦੇ ਵਿੱਚ ਉਸ ਵੇਲੇ ਜੂਝ ਰਹੀ ਹੈ ਜਦੋਂ ਰਾਜਸਥਾਨ ਦੇ ਵਿੱਚ 3 ਸੀਟਾਂ ਦੀ ਜ਼ਿਮਨੀ ਚੋਣ ਦੇ ਵਿੱਚ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜਨਤਾ ਪਾਰਟੀ ਕਰਨਾਟਕ ਦੇ ਸਿਆਸੀ ਮੈਦਾਨ ਦੇ ਵਿੱਚ ਥਾਪੀਆਂ ਉਦੋਂ ਮਾਰ ਰਹੀ ਹੈ ਜਦੋਂ ਉਹਨੂੰ ਮੱਧ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਜ਼ਿਮਨੀ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਸੁਖਰੈਬ ਜੀ, ਇਹ ਜਿਹੜੇ 4-5 ਸੂਬਿਆਂ ਦਾ ਮੈਂ ਜ਼ਿਕਰ ਕੀਤਾ ਜਿੱਥੋਂ 33-33 ਭਾਰਤੀ ਜਨਤਾ ਪਾਰਟੀ ਦੀ ਫੱਟੀ ਚੋਣਾਂ ਦੇ ਵਿੱਚ ਪੋਚ ਹੋਈ ਹੈ, ਉਹ ਸਾਰੇ ਜਿਹੜੇ ਸੂਬੇ ਨੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀਆਂ ਸਰਕਾਰਾਂ ਤੇ ਜੇ ਆਪਣੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲਗਾਤਾਰ ਹਾਰ ਹੋਈ ਹੈ ਤੇ ਇਹਦਾ ਮਤਲਬ ਹੈ ਕਿ ਜੇ ਕਰਨਾਟਕ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਨਾ ਹੋ ਸਕੀ ਤਾਂ ਫਿਰ ਭਾਰਤੀ ਜਨਤਾ ਪਾਰਟੀ ਦੇ ਲਈ 2019 ਦੇ ਵਿੱਚ ਸਿਆਸੀ ਤੌਰ ਤੇ ਦੇਸ਼ ਭਾਰਤ ਦੇ ਵਿੱਚ ਪੈਰ ਲਾਉਣੇ ਔਖੇ ਹੋ ਜਾਣਗੇ। ਹੁਣ ਆਪਾਂ ਕਾਂਗਰਸ ਦੇ ਵੱਲ ਚੱਲਦੇ ਹਾਂ। ਕਾਂਗਰਸ ਪਾਰਟੀ ਨੇ ਹਿਮਾਚਲ ਸੂਬਾ ਹੁਣੇ ਹੁਣੇ ਦਵਾਇਆ। ਕਾਂਗਰਸ ਪਾਰਟੀ ਨੇ ਗੁਜਰਾਤ ਦੇ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਲਿਆ ਸੀ, ਟੁੱਟ ਗਿਆ। ਉਸ ਕਾਂਗਰਸ ਪਾਰਟੀ ਦੇ ਲਈ ਕਰਨਾਟਕ ਦੇ ਵਿੱਚ ਸਿੱਧਾ ਰਮੱਈਆ ਦੀ ਅਗਵਾਈ ਦੇ ਵਿੱਚ ਆਪਣੀ ਸਰਕਾਰ ਨੂੰ ਸਿੱਧੀ ਕਰਕੇ ਚਲਾਉਣਾ ਤੇ ਲਗਾਤਾਰ ਦੂਸਰੀ ਵਾਰੀ ਸਰਕਾਰ ਬਣਾਉਣਾ
ਬਹੁਤ ਮਹੱਤਵਪੂਰਨ ਹੈ ਕਿਉਂਕਿ ਜੇ ਕਰਨਾਟਕ ਦੇ ਵਿੱਚ ਵੀ ਕਾਂਗਰਸ ਪਾਰਟੀ ਹਾਰ ਗਈ ਤਾਂ ਭਾਰਤ ਦੇ ਲੋਕਾਂ ਦੇ ਸਾਹਮਣੇ ਗੱਲ ਜਾਏਗੀ ਕਿ ਕਾਂਗਰਸ ਪਾਰਟੀ ਤਾਂ ਭਾਈ ਪਹਿਲਾਂ ਨਾਲੋਂ ਵੀ ਨਿਘਾਰ ਵੱਲ ਹੈ ਤੇ ਜੇ ਕਾਂਗਰਸ ਪਾਰਟੀ ਲਗਾਤਾਰ ਦੂਸਰੀ ਵਾਰੀ ਕਰਨਾਟਕ ਦੇ ਵਿੱਚ ਸਰਕਾਰ ਬਣਾਉਣ ਚ ਕਾਮਯਾਬ ਹੋ ਜਾਂਦੀ ਹੈ ਤਾਂ ਭਾਰਤ ਦੇ ਲੋਕਾਂ ਦੇ ਸਾਹਮਣੇ ਕਾਂਗਰਸ ਪਾਰਟੀ ਦਾ ਗ੍ਰਾਫ ਜਿਹੜਾ ਉਹ ਵੱਧ ਵੀ ਸਕਦਾ। ਦੂਸਰੇ ਪਾਸੇ ਹੁਣ ਆਪਾਂ ਗੱਲ ਕਰਨੀ ਹੈ ਕਰਨਾਟਕ ਦੇ ਲੋਕਾਂ ਦੀ। ਸੁਖਰਾਬ ਜੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਰਨਾਟਕ ਦੇ ਲੋਕ ਚੁੱਪ ਨੇ, ਕਰਨਾਟਕ ਦੇ ਲੋਕ ਬੋਲ ਹੀ ਨਹੀਂ ਰਹੇ ਕਿ ਭਾਈ ਅਸੀਂ ਵੋਟ ਕਿਹਨੂੰ ਪਾਉਣੀ ਹੈ। ਪੱਤਰਕਾਰ ਭਾਈਚਾਰਾ ਬਥੇਰਾ ਜਾ ਕੇ ਕਨੇਡਾ ਜੀ ਤੁਹਾਡੀ ਸਿੱਧਾ ਰਵੱਈਆ ਦੇ ਸਰਕਾਰ ਦੇ ਬਾਰੇ ਕੀ ਰਾਏ, ਮੋਦੀ ਸਾਹਿਬ ਦੀ ਸਰਕਾਰ ਦੇ ਬਾਰੇ ਕੀ ਰਾਏ ਹੈ, ਤੁਹਾਨੂੰ ਕੀ ਲੱਗਦਾ ਸਰਕਾਰ ਕਿਹਦੀ ਆ, ਵੀ ਅੰਦਾਜ਼ਾ ਹੀ ਲਾਉਣੇ ਹੁੰਦੇ ਆ। ਪਰ ਲੋਕ ਨਹੀਂ ਬੋਲ ਰਹੇ, ਲੋਕ ਹਰ ਇੱਕ ਨੂੰ ਨਾ ਚੰਗਾ ਕਹਿੰਦੇ ਨਾ ਮਾੜਾ ਕਹਿੰਦੇ। ਕਿਉਂ ਲੋਕਾਂ ਨੇ ਅਜੇ ਤੱਕ ਆਪਣੀ ਕੋਈ ਲਹਿਰ ਕਿਉਂ ਨਹੀਂ ਬੰਨ ਦਿੱਤੀ, ਲੋਕਾਂ ਨੇ ਅਜੇ ਤੱਕ ਇੱਦਾਂ ਦਾ ਕੋਈ ਕਿਉਂ ਨਹੀਂ ਦਿੱਤਾ ਕਿ ਭਾਈ ਅਸੀਂ ਆਹ ਜਿਹੜੇ ਨੇ ਉਹਨਾਂ ਕੰਮਾਂ ਦੇ ਕਰਕੇ ਫਲਾਨੀ ਪਾਰਟੀ ਨੂੰ ਵੋਟਾਂ ਪਾਉਣੀਆਂ। ਹੁਣ ਦੇਖੋ ਉੱਥੇ ਤਿੰਨ ਬੰਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਨੇ ਪ੍ਰਚਾਰ ਦੇ ਵਿੱਚ, ਨਰਿੰਦਰ ਮੋਦੀ ਸਾਹਿਬ, ਅਮਿਤ ਸ਼ਾਹ, ਰਾਹੁਲ ਗਾਂਧੀ। ਹੁਣ ਮੋਦੀ ਸਾਹਿਬ ਜੇ ਜਾਣ ਕਿਤੇ ਸਿੱਧੇ ਜਾ ਕੇ ਪਹਿਲਾਂ ਮੰਦਰ 'ਚ ਮੱਥਾ ਟੇਕਣਾ, ਮੱਥ 'ਚ ਮੱਥਾ ਟੇਕਣਾ। ਅਮਿਤ ਸ਼ਾਹ ਦਾ ਵੀ ਇਹ ਹਾਲ ਹੈ, ਰਾਹੁਲ ਗਾਂਧੀ ਇਹਨਾਂ ਦੋਵਾਂ ਤੋਂ ਉੱਪਰ ਹੈ, ਇਹਨਾਂ ਦੋਵਾਂ ਨੇ ਉਹਨੇ ਮੰਦਰਾਂ ਤੇ ਮੱਠਾਂ ਦੇ ਵਿੱਚ ਮੱਥਾ ਨਹੀਂ ਟੇਕਿਆ ਹੋਣਾ ਜਿੰਨਾ ਰਾਹੁਲ ਗਾਂਧੀ ਇਕੱਲੇ ਨੇ ਟੇਕ ਲਿਆ। ਹੁਣ ਸਿੱਧੇ ਤੌਰ ਦੇ ਉੱਤੇ ਲੋਕਾਂ ਦੀ ਨਾ ਖੁਸ਼ੀ ਦਾ ਮਸਲਾ ਕੀ ਹੈ? ਹੁਣ ਨਾ ਕੋਈ ਉੱਥੇ ਜਾ ਕੇ ਪੁੱਛਦਾ ਕਿ ਭਾਈ ਲੋਕੋ ਤੁਹਾਡੀ ਸਮੱਸਿਆ ਕੀ ਹੈ, ਬੇਰੁਜ਼ਗਾਰ ਤਾਂ ਨਹੀਂ, ਫੈਕਟਰੀਆਂ ਲਾ ਦਿਆਂਗੇ, ਤੁਹਾਨੂੰ ਕੰਮ ਮਿਲੂਗਾ, ਪ੍ਰੋਡਕਸ਼ਨ ਵਧੇਗੀ, ਪ੍ਰੋਡਕਸ਼ਨ ਵਧੇਗੀ ਤਾਂ ਬਹੁਤ ਸਾਰੇ ਪੈਸੇ ਤੇ ਲੇਜੜੇ ਨੇ ਉਹ ਸੂਬੇ ਦੇ ਕੋਲ ਆਉਣਗੇ। ਨਾ, ਇਹ ਕਦੇ ਕਿਸੇ ਨੇ ਗੱਲ ਨਹੀਂ ਕੀਤੀ। ਗੱਲ ਕੀ ਕਰਦੇ ਆ, ਰਾਹੁਲ ਗਾਂਧੀ ਹੋਰੀ ਜਾਣਗੇ ਜੀ, ਦੇਖ ਲਓ ਬੀਜੇਪੀ ਦਾ ਮੁੱਖ ਮੰਤਰੀ ਦਾ ਦਾਅਵੇਦਾਰ BSE ਯੇਦੁਰੱਪਾ, ਦੁਨੀਆਂ ਦਾ ਮਹਾਂਭ੍ਰਿਸ਼ਟ ਬੰਦਾ। ਚਲੋ ਇਹ ਤਾਂ ਚੰਗਾ ਹੋਇਆ ਕਿ ਰਾਹੁਲ ਗਾਂਧੀ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਯੇਦੁਰੱਪਾ ਸਾਹਿਬ ਜਿਹੜੇ ਨੇ BSE ਦੇ ਸੂਬਾ ਪ੍ਰਧਾਨ ਕਰਪਟ ਬੰਦੇ ਨੇ, ਪਰ ਸੂਬੇ ਦੀ ਹਾਲਾਤ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਇਹਦੇ ਬਾਰੇ ਉਹ ਵੀ ਚੁੱਪ। ਫਿਰ ਪ੍ਰਧਾਨ ਮੰਤਰੀ ਸਾਹਿਬ ਆ ਜਾਂਦੇ ਆ, ਉਹ ਕਹਿੰਦੇ ਕਾਂਗਰਸ ਪਾਰਟੀ ਵੱਲੋਂ ਇੱਕ ਤੇ ਮੁੱਖ ਮੰਤਰੀ ਆ ਸਿੱਧਾ ਰਮੱਈਆ, ਤੇ ਸਿੱਧਾ ਰਮੱਈਆ ਘੱਟ ਹੈ ਤੇ ਸਿੱਧਾ ਰੁਪਈਆ ਵੱਧ ਹੈ, ਉਹ ਕਮਿਸ਼ਨ ਠੋਕ ਕੇ ਲੈਂਦਾ। ਹੁਣ ਦੋਵੇਂ ਗੱਲਾਂ ਠੀਕ ਨੇ, ਠੀਕ ਹੈ, ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜਾਣਕਾਰੀ ਦਿੱਤੀ, ਰਾਹੁਲ ਗਾਂਧੀ ਹੋਰਾਂ ਨੇ ਵੀ ਜਾਣਕਾਰੀ ਦਿੱਤੀ। ਹੁਣ ਕਰਨਾਟਕ ਦੇ ਲੋਕ ਇਸ ਗੱਲ ਕਰਕੇ 6-5 ਦੇ ਵਿੱਚ ਹੈ ਕਿ ਜੇ ਦੋਵੇਂ ਬੰਦੇ ਜਿਹੜੇ ਮੁੱਖ ਮੰਤਰੀ ਦੇ ਦਾਅਵੇਦਾਰ ਨੇ, ਦੋਵੇਂ ਹੀ ਭ੍ਰਿਸ਼ਟ ਨੇ, ਦੋਵੇਂ ਹੀ ਪੈਸਾ ਤੇ ਲਾ ਲੈਣ ਤੋਂ ਬਿਨਾਂ ਕੰਮ ਨਹੀਂ ਕਰਦੇ, ਤਾਂ ਅਸੀਂ ਵੋਟਾਂ ਪਾ ਕੇ ਜਿਤਾਈਏ ਤਾਂ ਕਿਹਨੂੰ ਜਿਤਾਈਏ? ਦੂਸਰੇ ਪਾਸੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਪਤਾ ਕਿ ਕਿਸੇ ਸੂਬੇ ਦਾ ਮੁੱਖ ਮੰਤਰੀ ਵੱਡੀ ਪੱਧਰ ਦੇ ਉੱਤੇ ਕਮਿਸ਼ਨ ਲੈਂਦਾ ਜਾਂ ਰਿਸ਼ਵਤ ਲੈਂਦਾ, ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਤੱਕ ਉਹਨਾਂ ਨੂੰ ਕਾਨੂੰਨੀ ਸ਼ਿਕੰਜੇ ਦੇ ਵਿੱਚ ਫਸਾਇਆ ਕਿਉਂ ਨਹੀਂ? ਪ੍ਰਧਾਨ ਮੰਤਰੀ ਸਾਹਿਬ ਅੱਜ ਤੱਕ ਚੁੱਪ ਕਿਉਂ ਰਹੇ? ਉਹਨਾਂ ਨੂੰ ਜ਼ਰੂਰ ਠੋਕ ਕੇ ਕਾਰਵਾਈ ਕਰਨੀ ਚਾਹੀਦੀ ਸੀ। ਤੇ ਜੇ ਯੇਦੁਰੱਪਾ ਦੇ ਭ੍ਰਿਸ਼ਟਾਚਾਰ ਦੇ ਬਾਰੇ ਰਾਹੁਲ ਗਾਂਧੀ ਨੂੰ ਸਭ ਕੁਝ ਪਤਾ ਹੈ, ਤਾਂ ਫਿਰ ਰਾਹੁਲ ਗਾਂਧੀ ਨੇ ਕਾਰਵਾਈ ਕਿਉਂ ਨਾ ਕਰਾਈ? ਹੁਣ ਸੁਖਰੈਬ ਜੀ, ਲੋਕੀ ਕੀ ਕਰਨ? ਲੋਕਾਂ ਨੂੰ ਕੋਈ ਇਹ ਨਹੀਂ ਕਹਿੰਦਾ ਤੁਹਾਨੂੰ ਐਜੂਕੇਸ਼ਨ ਚੰਗੀ ਕਿਵੇਂ ਦੇਣੀ ਹੈ, ਲੋਕਾਂ ਦੇ ਨਾਲ ਵਾਅਦਾ ਕੋਈ ਕਰਦਾ ਹੀ ਨਹੀਂ ਕਿ ਤੁਹਾਨੂੰ ਸਿਹਤ ਸੇਵਾਵਾਂ ਚੰਗੀਆਂ ਕਿਵੇਂ ਦੇਣੀਆਂ। ਉੱਥੇ ਕਹਿੰਦੇ ਕੀ ਹੈ, ਲੰਗਾਈਤ ਭਾਈਚਾਰੇ ਵਾਲਿਓ, ਭੁੱਖ ਦਾ ਕੋਈ ਨਹੀਂ, ਭੁੱਖੇ ਮਰਦੇ ਹੋ ਮਰੀ ਜਾਓ, ਤੁਹਾਡੇ ਸਮਾਜ ਨੂੰ ਅਸੀਂ ਧਰਮ ਦਾ ਦਰਜਾ ਦੇ ਦਈਏ। ਦੂਜੇ ਕਹਿੰਦੇ ਕਿ ਅਸੀਂ ਨਹੀਂ ਦੇਣਾ, ਹਿੰਦੂ ਭਾਈਚਾਰੇ ਦੇ ਵਿੱਚ ਪਾੜ ਪਾਉਂਦੇ ਆ, ਪਰ ਕੋਈ ਕਹੀ ਜਾਂਦਾ ਕਿ ਭਾਈ ਤੁਹਾਡੇ ਮੱਠ ਇੰਨੇ ਨੇ ਮੈਂ ਇੰਨਿਆਂ ਚ ਮੱਥਾ ਟੇਕਿਆ, ਦੂਜਾ ਕਹਿੰਦਾ ਤੁਹਾਡੇ ਮੰਦਰ ਇੰਨੇ ਨੇ ਮੈਂ ਇੰਨਿਆਂ ਚ ਮੱਥਾ ਟੇਕਿਆ। ਪਰ ਜੇ ਇੱਕ ਭਾਈਚਾਰੇ ਵਿਸ਼ੇਸ਼ ਨੂੰ, ਇੱਕ ਸਮਾਜ ਵਿਸ਼ੇਸ਼ ਨੂੰ ਧਰਮ ਦਾ ਦਰਜਾ ਦੇਣ ਦੇ ਨਾਲ ਨਾਲ ਉੱਥੋਂ ਦੇ ਲੋਕਾਂ ਦੀ ਭੁੱਖ ਮਰ ਸਕਦੀ ਹੈ, ਉੱਥੋਂ ਦੇ ਲੋਕਾਂ ਨੂੰ ਪੜ੍ਹਨਾ ਲਿਖਣਾ ਆ ਸਕਦਾ, ਉੱਥੋਂ ਦੇ ਲੋਕਾਂ ਦੇ ਫੈਸਲਾ ਲੈਣ ਦੀ ਸ਼ਕਤੀ ਵਿਕਸਿਤ ਹੋ ਸਕਦੀ ਹੈ, ਤਾਂ ਸੁਖਨੈਬ ਜੀ ਇੱਕ ਵਾਰੀ ਨਹੀਂ ਭਾਵੇਂ ਦੋ ਦੋ ਵਾਰੀ ਉਹਨੂੰ ਧਰਮ ਦਾ ਦਰਜਾ ਦੇ ਦਿਓ। ਪਰ ਅਜੇ ਤੱਕ ਕਰਨਾਟਕ ਦੇ ਲੋਕਾਂ ਦੀ ਚੁੱਪੀ ਦਾ ਬਹੁਤ ਵੱਡਾ ਕਾਰਨ ਜੋ ਮੈਨੂੰ ਸਮਝ ਆਇਆ ਇਹ ਹੈ ਕਿ ਉੱਥੇ ਸਿਆਸਤ ਜਿਹੜੀ ਹੈ ਨਿਰੋਲ ਵੋਟ ਬੈਂਕ ਨੂੰ ਆਧਾਰਿਤ ਰੱਖ ਕੇ ਕੀਤੀ ਜਾ ਰਹੀ ਹੈ, ਲੋਕ ਪੱਖੀ ਮਸਲਾ ਕੋਈ ਵੀ ਵਿਚਾਰਿਆ ਨਹੀਂ ਜਾ ਰਿਹਾ ਜੀ। ਸੋ ਭੱਟ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ ਖਬਰਾਂ ਸਾਰਾਂ ਦੇ ਉੱਤੇ ਸਾਂਝ ਪਾਉਣ ਦੇ ਵਾਸਤੇ। ਸੋ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਸਰੋਤੇ ਸੱਜਣ ਨੇ ਜੁੜਨਾ ਹੈ ਨਾਲ ਤੇ ਭੱਟ ਸਾਹਿਬ ਨੂੰ ਕੋਈ ਸਵਾਲ ਕਰਨਾ ਹੈ ਤਾਂ ਤਕਰੀਬਨ ਇੱਕ ਮਿੰਟ ਦੀ ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜ ਸਕਦੇ ਹੋ। ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ 6-7 ਮਿੰਟ ਅਸੀਂ ਗੱਲਾਂ ਲਵਾਂਗੇ।